ਮਿੱਤਰਾ ਪਿਆਰਿਆਂ ਨੂੰ ਤੇ ਅੰਤ ਸਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਦੀ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਦਾ ਪ੍ਰੋਗਰਾਮ ਰਿਕਾਰਡਡ ਹੋਏਗਾ ਔਰ ਪਰ ਗੱਲਬਾਤ ਇਹ ਹੈ ਵੀ ਤੁਹਾਨੂੰ ਪੂਰਾ ਮਜ਼ਾ ਆਏਗਾ ਅੱਜ ਦੇ ਪ੍ਰੋਗਰਾਮ ਦਾ ਵੀ। ਕਾਲਾਂ ਤੁਹਾਡੀਆਂ ਅੱਜ ਨਹੀਂ ਲੈ ਹੋਣੀਆਂ ਕਿਉਂਕਿ ਕਾਲਾਂ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਲਵਾਂਗੇ। ਗੱਲ ਕਰੀਏ ਪੰਜਾਬ ਦੀ, ਗੱਲ ਕਰੀ ਦੀ ਹੈ ਵੈਸੇ ਤਾਂ ਪਿਆਜ਼ ਹੀ ਚਾਰ ਚੁਫੇਰੇ ਛਾਇਆ ਪਿਆ, ਜਿੱਧਰ ਦੇਖੋ ਪਿਆਜ਼ ਦੀ ਗੱਲ ਹੁੰਦੀ ਹੈ। ਪਿਆਜ਼ ਅੱਜ ਕੱਲ੍ਹ ਹੀਰੋ ਬਣਿਆ ਪਿਆ, ਸੇਬ ਵਿਚਾਰੇ ਮੱਥਾ ਫੜ ਕੇ ਬੈਠੇ ਨੇ, ਅਨਾਰ ਮੱਥਾ ਫੜ ਕੇ ਬੈਠੇ ਨੇ ਯਾਰ, ਵੀ ਇੰਨੀ ਮਾੜੀ ਹਾਲਤ ਸਾਡੀ ਕਦੇ ਨਹੀਂ ਹੋਈ, ਇੰਨੀ ਕੁੱਤੇ ਖਾਣੀ ਕਦੇ ਨਹੀਂ ਹੋਈ। ਚਲੋ ਖੈਰ ਪਿਆਜ਼ਾਂ ਤੋਂ ਇਲਾਵਾ ਗੱਲ ਕਰੀਏ ਤਾਂ ਠੰਡ ਠੁੰਡ ਜਿਹੜੀ ਆਲੇ ਦੁਆਲੇ ਚਾਰ ਚੁਫੇਰੇ ਠੰਡ ਦਾ ਕਾਫੀ ਮਾਹੌਲ ਹੈਗਾ, ਮੇਰੇ ਵੀ ਗੱਲ ਤੋਂ ਤੁਹਾਨੂੰ ਪਤਾ ਲੱਗਦਾ ਹੋਊਗਾ। ਹਾਲਾਂਕਿ ਕੈਲੀਫੋਰਨੀਆ ਦੇ ਵਿੱਚ ਹਜੇ ਠੰਡ ਨੇ ਕੋਈ ਪ੍ਰਕੋਪ ਪਾਇਆ ਨਹੀਂ, ਨਾ ਇੰਨੀ ਇੰਨਾ ਜ਼ਿਆਦਾ ਹੁੰਦੀ ਹੈ ਠੰਡ, ਆਹ 50-60 ਦੇ ਵਿੱਚ ਟੈਂਪਰੇਚਰ ਰਹਿੰਦਾ, ਪਰ ਫਿਰ ਵੀ ਬਹੁਤ ਧਿਆਨ ਰੱਖੋ। ਨਿਊਯਾਰਕ ਦੀ ਗੱਲ ਕਰੀਏ, ਈਸਟ ਕੋਸਟ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਅਤੇ ਠੰਡ ਅਤੇ ਧੁੰਦਾਂ ਬਹੁਤ ਬੁਰੀ ਤਰ੍ਹਾਂ ਪੈ ਰਹੀਆਂ ਨੇ, ਬਹੁਤ ਧਿਆਨ ਦੇ ਰੱਖਣ ਦੀ ਲੋੜ ਹੈ। ਸਿਆਣੇ ਕਹਿੰਦੇ ਵੀ ਇਹੋ ਜਿਹੇ ਮੌਸਮ ਦੇ ਵਿੱਚ ਅੱਖਾਂ ਤੋਂ ਅੱਥਰੂ ਪੂੰਝਣ ਵਾਲੇ ਤਾਂ ਬਥੇਰੇ ਮਿਲ ਜਾਂਦੇ ਆ, ਪਰ ਨੱਕ ਪੂੰਝਣ ਵਾਲਾ ਕੋਈ ਨਹੀਂ ਮਿਲਦਾ। ਇਸ ਕਰਕੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ, ਧਿਆਨ ਰੱਖੋ ਬਿਲਕੁਲ। ਅਤੇ ਗੱਲ ਕਰੀਏ ਅੱਜ ਦਾ ਜਿਹੜਾ ਸਭ ਤੋਂ ਪਹਿਲਾ ਸਾਡਾ ਸੈਗਮੈਂਟ ਹੁੰਦਾ ਉਹ ਹੁੰਦਾ ਫੇਸਬੁੱਕ ਡਾਕੀਆ। ਫੇਸਬੁੱਕ ਡਾਕੀ ਦੇ ਵਿੱਚ ਤੁਸੀਂ ਅਕਸਰ ਸਾਨੂੰ ਵੀਡੀਓ ਫੋਟੋ ਵਗੈਰਾ ਭੇਜਦੇ ਹੋ ਤਾਂ ਅਸੀਂ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੀਦੀ ਆ। ਸੋ ਫੇਸਬੁੱਕ ਡਾਕੀ ਵੱਲ ਚੱਲੀਏ ਤਾਂ ਪਹਿਲੀ ਫੋਟੋ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਆ ਉਹ ਵੀ ਇੱਟ ਹੈਪਨਸ ਓਨਲੀ ਇਨ ਇੰਡੀਆ, ਸਿਰਫ ਭਾਰਤ ਦੇ ਵਿੱਚ ਉਹ ਚੀਜ਼ ਹੋਏਗੀ। ਅਤੇ ਹੋਇਆ ਕੀ ਕਿ ਕਿਸੇ ਬੰਦੇ ਨੂੰ ਐਕਸਰੇ ਕਰਵਾਇਆ ਛਾਤੀ ਦਾ, ਛਾਤੀ ਦਾ ਐਕਸਰੇ ਕਰਵਾਇਆ ਤਾਂ ਸਾਡੇ ਭਾਰਤੀ ਡਾਕਟਰਾਂ ਨੇ ਜਾਂ ਪੰਜਾਬ ਦੇ ਡਾਕਟਰਾਂ ਨੇ ਉਹਨੂੰ ਇਹ ਕਹਿ ਕੇ ਉਹਦਾ ਐਕਸਰੇ ਨਾਲ ਦਿੱਤਾ ਵੀ ਭਾਈ ਤੇਰੇ ਛਾਤੀ ਦੇ ਵਿੱਚ, ਤੇਰੇ ਫੇਫੜੇ ਦੇ ਵਿੱਚ ਜੀਂਦਾ ਕੋਕਰੋਚ ਫਸਿਆ ਹੋਇਆ, ਜੀਂਦਾ ਕੋਕਰੋਚ, ਇਹਦਾ ਓਪਰੇਸ਼ਨ ਜਿਹੜਾ ਅਸੀਂ ਨਹੀਂ ਕਰ ਸਕਦੇ, ਇਹ ਬਾਹਰ ਤੈਨੂੰ ਮੁਲਕ 'ਚ ਕਰਾਉਣਾ ਪੈਣਾ, ਜੀਂਦਾ ਕੋਕਰੋਚ ਵੀ ਨਾਲ ਹਿਲਦਾ ਦਿਖਦਾ ਸਾਨੂੰ। ਅਤੇ ਆ ਫੋਟੋ ਦੇਖੋ ਜੀ, ਪਹਿਲਾਂ ਨਾਲ ਫੋਟੋ ਦਿਖਾਓ ਜਾਂ ਸਭ ਫੋਟੋ ਦੇਖੋ। ਅਤੇ ਉਹ ਬੰਦਾ ਫਿਰ ਚਲੇ ਗਿਆ ਜੀ, ਪੈਸੇ ਪੂਏ ਇਕੱਠੇ ਕਰਕੇ ਉਧਾਰੇ ਸੁਧਾਰੇ ਫੜ ਕੇ ਉਹ ਚਲੇ ਗਿਆ ਕਿਤੇ ਸਿੰਗਾਪੁਰ ਇਲਾਜ ਕਰਾਉਣ ਵਾਸਤੇ। ਮੇਰੇ ਫੇਫੜੇ ਵਿੱਚ ਜੀਂਦਾ ਕੋਕਰੋਚ ਹੈਗਾ, ਫੋਟੋ ਦੇ ਵਿੱਚ ਦਿਸਦਾ ਸਾਫ, ਐਕਸਰੇ ਦੇ ਵਿੱਚ ਸਾਫ ਦਿਸਦਾ, ਬਲੈਕ ਐਂਡ ਵਾਈਟ ਫੋਟੋ ਹੈਗੀ ਹੈ, ਥੋੜ੍ਹਾ ਧਿਆਨ ਨਾਲ ਦੇਖੋ ਤਾਂ ਬਿਲਕੁਲ ਦਿਸਦਾ। ਪਰ ਅਸਲ ਗੱਲ ਕੀ ਨਿਕਲੀ ਵਿੱਚੋਂ, ਅਸਲ ਗੱਲ ਇਹ ਨਿਕਲੀ ਬਾਹਰਲੇ ਡਾਕਟਰਾਂ ਨੇ ਦੱਸਿਆ ਭਾਈ ਤੇਰੇ ਫੇਫੜੇ ਦੇ ਵਿੱਚ ਕੋਈ ਕੋਕਰੋਚ ਨਹੀਂ ਹੈ, ਤੇਰਾ ਫੇਫੜਾ ਬਿਲਕੁਲ ਠੀਕ ਠਾਕ ਸਾਫ ਸੁਥਰਾ, ਜਿਹੜੇ ਮਸ਼ੀਨ 'ਤੇ ਇਹ ਐਕਸਰਾ ਹੋਇਆ ਐਕਸਰੇ ਹੋਇਆ ਉਸ ਮਸ਼ੀਨ ਦੇ ਵਿੱਚ ਕੋਕਰੋਚ ਸੀ। ਹੱਦ ਹੋ ਗਈ, ਹੱਦ ਹੋ ਗਈ ਜੀ ਸਾਡੇ ਭਾਰਤ ਦੀ, ਮੇਰਾ ਭਾਰਤ ਮਾਨ, ਮਸ਼ੀਨ ਦੇ ਵਿੱਚ ਕੋਕਰੋਚ, ਉੱਦਾਂ ਹੀ ਕਿਤੇ ਉਹਨਾਂ ਨੇ ਐਕਸਰਾ ਕਰਤਾ ਅਤੇ ਉਹ ਜੀਂਦਾ ਕੋਕਰੋਚ ਤਾਂ ਹੀ ਉਹਦੇ ਵਿੱਚ ਆ ਗਿਆ। ਇਹ ਹੈ ਜੀ ਮੇਰੇ ਭਾਰਤ ਮਹਾਨ ਦੀਆਂ ਗੱਲਾਂ ਬਾਤਾਂ। ਅਗਲੀ ਜਿਹੜੀ ਹੈ ਫੋਟੋ ਉਹ ਤੁਹਾਨੂੰ ਦਿਖਾਵਾਂਗੇ, ਉਹਦੇ 'ਚ ਵੀ ਕਿਸੇ ਸਿਆਣੀ ਬਹੂ ਜਿਹੜੀ ਹੈਗੀ ਆ ਬਹੁਤ ਪੜ੍ਹੀ ਲਿਖੀ ਹੋ ਸਕਦੀ ਹੈ, ਜਾਂ ਇਉਂ ਹੋ ਸਕਦਾ ਕਿ ਬਿਲਕੁਲ ਹੀ ਵਿਚਾਰੀ, ਜਿਵੇਂ ਮੈਂ ਪਹਿਲੀ ਵਾਰ ਚੰਡੀਗੜ੍ਹ ਗਿਆ ਸੀ ਤਾਂ ਮੈਨੂੰ ਕੁੱਖ ਨਹੀਂ ਪਤਾ ਹੁੰਦਾ ਸੀਗਾ, ਮੈਨੂੰ ਈਵਨ ਟੋਇਲਟ ਸ਼ੀਟਾਂ ਜਿਹੜੀਆਂ ਉਹ ਵੀ ਨਹੀਂ ਪਤਾ ਸੀਗਾ ਵੀ ਇਹ ਕੀ ਹੁੰਦੀਆਂ ਹੈਗੀਆਂ, ਸ਼ਹਿਰਾਂ ਦੇ ਵਿੱਚ ਇਹ ਵੀ ਹੁੰਦੀਆਂ ਮੈਨੂੰ ਪਤਾ ਨਹੀਂ ਸੀ। ਅਤੇ ਜਾਂ ਇਹ ਵਿਚਾਰੀ ਆਈ ਬਾਹਲੇ ਪਿੰਡਾਂ ਤੋਂ ਕੁੜੀ, ਇਹ ਕਿਸੇ ਪਿੰਡ ਤੋਂ ਡੂੰਘੇ ਪਿੰਡ ਤੋਂ ਜਿੱਥੇ ਕਿ ਗੈਸ ਦਾ ਨਾਮ ਨਿਸ਼ਾਨ ਨਹੀਂ ਹੈਗਾ, ਗੈਸ ਸਿਲੰਡਰ ਕਦੇ ਦੇਖਿਆ ਸੁਣਿਆ ਨਹੀਂ, ਹੁਣ ਅੱਜ ਕੱਲ੍ਹ ਤਾਂ ਇਹ ਨਹੀਂ ਹੋ ਸਕਦਾ, ਜਾਂ ਹੋ ਸਕਦਾ ਕਿਸੇ ਨੇ ਫੋਟੋ ਇਹ ਜਾਣ ਕੇ ਖਿੱਚੀ ਹੋਵੇ। ਫੋਟੋ ਦੇਖੋ ਜੀ, ਉਹਦੀ ਸੱਸ ਨੇ ਕਿਤੇ ਕਿਹਾ ਹੋਣਾ ਕੁੜੀਏ ਦੋ ਰੋਟੀਆਂ ਲਾ ਲਾ ਜੋ ਅੱਗ ਬਾਲ ਕੇ ਗੈਸ ਗੈਸ 'ਤੇ, ਗੈਸ 'ਤੇ ਅੱਗ ਬਾਲ ਕੇ ਕਿਹਾ ਹੋਣਾ, ਅਤੇ ਬੀਬੀ ਨੇ ਜਿਹੜਾ ਗੈਸ ਸਿਲੰਡਰ ਹੈ ਉਹਦੇ 'ਤੇ ਤਵਾ ਰੱਖ ਕੇ ਅਤੇ ਉਹਦੇ ਥੱਲੇ ਉਹ ਲੈ ਕੇ ਬੈਠੀ ਆ ਅੱਗ ਲਾਉਣ ਵਾਸਤੇ ਉਹਨੂੰ, ਵੀ ਰੋਟੀ ਪਕਾਉਣ ਵਾਸਤੇ। ਪਰ ਇਹ ਮੈਨੂੰ ਲੱਗਦਾ ਫੋਟੋ ਖਿੱਚ ਲਈ ਹੈ ਤਾਂ ਮਤਲਬ ਸਹੀ ਸਲਾਮਤ ਆ, ਬਾਕੀ ਜੇ ਉੱਥੇ ਲਾਈ ਹੋਊਗੀ ਤੀਲੀ ਤਾਂ ਉਹ ਤੋਂ ਬਾਅਦ ਕੀ ਹਾਲ ਹੋਇਆ ਉਹਨਾਂ ਦਾ, ਕੀ ਹਾਲ ਹੁੰਦਾ ਹੈਗਾ ਉਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਲਓ ਜੀ ਅਗਲੀ ਫੋਟੋ ਜਿਹੜੀ ਹੈ, ਮਤਲਬ ਫੋਨਾਂ ਦਾ ਇੰਨਾ ਕਰੇਜ਼ ਹੈਗਾ ਸਾਡੇ ਵਿੱਚ, ਇੰਨਾ ਜ਼ਿਆਦਾ ਫੋਨ ਜਿਹੜੇ ਹੈਗੇ ਨੇ ਕਿ ਚਾਰਜ ਹੋਏ ਬਿਨਾਂ ਰਹਿ ਨਾ ਜਾਵੇ। ਜਿਵੇਂ ਹੁਣ ਮੈਂ ਪ੍ਰੋਗਰਾਮ ਕਰਦਾ ਤਾਂ ਮੈਨੂੰ ਤਾਂ ਇਹ ਹੈਗਾ ਵੀ ਮੇਰਾ ਚਾਰਜ ਫੋਨ ਚਾਹੀਦਾ, ਮੇਰਾ ਜਿਹੜਾ ਹੈੱਡਫੋਨ ਲਾਇਆ ਹੋਇਆ ਕੰਨ ਦੇ ਵਿੱਚ ਉਹ ਵੀ ਚਾਰਜ ਚਾਹੀਦਾ, ਕਿਉਂਕਿ ਮੈਂ ਨਿਊਯਾਰਕ ਦੇ ਵਿੱਚ ਸੰਪਰਕ ਸਥਾਪਿਤ ਕਰਕੇ ਅਤੇ ਉੱਥੇ ਗੱਲਬਾਤ ਜਿਹੜੀ ਹੈ ਉਹ ਫੋਨ ਦੇ ਸਿਰ 'ਤੇ ਹੀ ਹੋਣੀ ਹੈ, ਇਸ ਕਰਕੇ ਚਾਰਜ ਚਾਹੀਦਾ। ਪਰ ਅੱਜ ਕੱਲ੍ਹ ਅਸਲੀ ਕੰਮਾਂ ਵਾਸਤੇ ਫੋਨ ਦੀ ਚਾਰਜਿੰਗ ਜਿਹੜੀ ਘੱਟ ਜ਼ਰੂਰਤ ਪੈਂਦੀ ਹੈ, ਪਰ ਆਮ ਜਿਹੜੀ ਹੈਗੀ ਹੈ ਵਟਸਐਪ ਵਾਸਤੇ ਜਾਂ ਕਿਸ ਵਾਸਤੇ ਉਹਦੀ ਜ਼ਿਆਦਾ ਜ਼ਰੂਰਤ ਪੈਂਦੀ। ਅਤੇ ਇਹ ਭਾਈ ਸਾਹਿਬ ਜਿਹੜੀ ਫੋਟੋ ਤੁਸੀਂ ਹੁਣ ਦੇਖੋਗੇ, ਇਸ ਫੋਟੋ ਦੇ ਵਿੱਚ ਉਹਨੂੰ ਹੋਰ ਕੋਈ ਚਾਰਜਰ ਲੱਭਾ ਨਹੀਂ, ਬਿਜਲੀ ਹੈ ਨਹੀਂ ਸੀ, ਅਤੇ ਮੋਮਬੱਤੀ ਦੇ ਵਿੱਚ ਹੀ ਤਾਰਾਂ ਲਾ ਕੇ ਅਤੇ ਕੋਸ਼ਿਸ਼ ਕਰ ਰਿਹਾ ਵੀ ਫੋਨ ਚਾਰਜ ਹੋ ਜਾਵੇ। ਭਾਈ ਨੂੰ ਪੁੱਛੋ ਪਤੰਦਰਾ ਐਂ ਕਿਵੇਂ ਫੋਨ ਚਾਰਜ ਹੋਜੂ,
ਮੋਮਬੱਤੀ ਵਿਚਾਰੀ 'ਚ ਕਿਹੜਾ ਹੈਗੀ 220 ਵੋਲਟ ਬਿਜਲੀ ਜਿਹੜੀ ਤੇਰਾ ਫੋਨ ਚਾਰਜ ਕਰ ਦੂਜਾ, ਇੱਥੋਂ ਅਮਰੀਕਾ ਵਾਂਗੂ 110 ਵੋਲਟ ਹੈ, ਵੀ ਇਹ ਤੇਰਾ ਫੋਨ ਇਹ ਤਾਂ ਚਾਰਜ ਨਹੀਂ ਹੋਣਾ। ਪਰ ਉਹਨੂੰ ਇਹ ਆ ਵੀ ਦਿਲ ਦੀ ਤਸੱਲੀ ਵਾਸਤੇ ਖਿਆਲ ਬੁਰਾ ਨਹੀਂ ਹੈ, ਗੱਲ ਦਿਲ ਦੀ ਤਸੱਲੀ ਵਾਸਤੇ ਠੀਕ ਹੈ। ਲਓ ਜੀ ਫੋਨ ਦੀ ਗੱਲ ਚੱਲੀਏ, ਫੋਨ ਕਿੰਨੇ ਕੁ ਜ਼ਰੂਰੀ ਹੈ, ਬੰਦਾ ਚਾਹੇ ਖੱਡੇ 'ਚ ਡਿੱਗਿਆ, ਚਾਹੇ ਦਰਖਤ 'ਤੇ ਚੜਿਆ, ਚਾਹੇ ਕਿਤੇ ਚੜਿਆ, ਫੋਨ ਬਹੁਤ ਜ਼ਰੂਰੀ ਹੈਗੇ ਆ। ਬਟੂਆ ਬੰਦਾ ਘਰੇ ਭੁੱਲ ਜੂ, ਔਰ ਮੇਰਾ ਨਹੀਂ ਖਿਆਲ ਕਿ ਕਦੇ ਕੋਈ ਬੰਦਾ ਫੋਨ ਘਰੇ ਭੁੱਲਿਆ ਹੋਊਗਾ। ਬਾਕੀ ਚਾਬੀਆਂ ਗੱਡੀ ਦੀਆਂ ਭੁੱਲ ਸਕਦਾ, ਫੋਨ ਬਹੁਤ ਘੱਟ ਬੰਦੇ ਭੁੱਲਦੇ ਨੇ, ਜਿਹੜੇ ਘੱਟ ਵਰਤਦੇ ਉਹੀ ਭੁੱਲਦੇ ਨੇ, ਜਿਹੜੇ ਜ਼ਿਆਦਾ ਵਰਤਦੇ ਉਹ ਨਹੀਂ ਭੁੱਲਦੇ। ਅਤੇ ਇਹ ਭਾਈ ਸਾਹਿਬ ਜਿਹੜੇ ਸੜਕ 'ਤੇ ਪਏ ਨੇ, ਮੈਨੂੰ ਲੱਗਦਾ ਡਿੱਗ ਪਏ ਨੇ ਕਿਸੇ ਚੀਜ਼ ਦੇ ਵਿੱਚ, ਵੱਜ ਕੇ ਜਾਂ ਖੱਡੇ ਖੁੱਡੇ 'ਚ ਆ ਕੇ ਡਿੱਗ ਪਏ ਨੇ। ਅਤੇ ਇਹਨੇ ਪਹਿਲਾਂ ਕਿਹਾ ਵੀ ਮੇਰੀ ਯਾਰ ਫੋਟੋ ਖਿੱਚੋ ਤਾਂ ਮੈਂ ਸਟੇਟਸ ਜਿਹੜਾ ਅਪਡੇਟ ਕਰਾਂ, ਵੀ ਯਾਰ ਡਿੱਗੇ ਹੋਏ ਨੇ, ਇਹ ਨਹੀਂ ਪਤਾ ਪੀ ਪੂ ਕੇ ਡਿੱਗਿਆ, ਪਰ ਡਿੱਗਿਆ ਹੈਗਾ। ਫੋਟੋ ਕਿਸੇ ਕੋਲੋਂ ਖਿਚਾਈ ਹੈ, ਫੋਟੋ ਕਿਸੇ ਕੋਲ ਖਿਚਾ ਕੇ ਤਾਂ ਨਾਲ ਦੀ ਨਾਲ ਅਪਡੇਟ ਕੀਤੀ ਹੈ। ਪਹਿਲਾਂ ਕਹਿੰਦੇ ਹੁੰਦੇ ਸੀ ਨੇਕੀ ਕਰ ਦਰਿਆ ਮੇਂ ਡਾਲ, ਹੁਣ ਕਹਿੰਦੇ ਫੋਟੋ ਖਿੱਚ ਔਰ ਫੇਸਬੁੱਕ 'ਤੇ ਡਾਲ, ਲੇਟ ਨਾ ਹੋ। ਸੋ ਇਹਦੀ ਫੋਟੋ ਵੀ ਕਮਾਲ ਦੀ ਬੰਦੇ ਦੀ ਹੈਗੀ ਆ, ਇਹਨੇ ਜਿਹੜੀ ਫੋਟੋ ਖਿੱਚੀ ਆ ਬੜੀ। ਚਲੋ ਵੀ ਮਤਲਬ ਕਿ ਫੋਨ ਜ਼ਰੂਰੀ ਹੈ, ਜਾਂ ਹੋ ਸਕਦਾ ਹਸਪਤਾਲ ਨੂੰ ਫੋਨ ਕਰਦਾ ਹੋਵੇ, ਜਾਂ ਪੁਲਿਸ ਨੂੰ ਕਰਦਾ ਹੋਵੇ, ਜਾਂ ਘਰਦਿਆਂ ਨੂੰ ਕਰਦਾ ਹੋਵੇ ਵੀ ਮੇਰੀ ਰੋਟੀ ਠਹਿਰ ਕੇ ਲਾਇਓ, ਮੈਨੂੰ ਇਹ ਟਾਈਮ ਲੱਗ ਜਾਣਾ, ਸੱਟਾਂ ਸੁੱਟਾਂ ਲੱਗੀਆਂ ਆ, ਹਸਪਤਾਲ ਜਾਣਾ ਪੈਣਾ ਹੈ। ਚਲੋ ਖੈਰ, ਨਾਲ ਦੀ ਨਾਲ ਤੁਹਾਨੂੰ ਵੀਡੀਓ ਦਿਖਾਈ ਦੀਆਂ। ਪਹਿਲੀ ਵੀਡੀਓ ਮੈਂ ਦਿਖਾਉਣਾ, ਇਹ ਇੱਕ ਬੜੀ ਬਹੁਤ ਵਾਇਰਲ ਹੋਈ ਹੈ, ਪਰ ਇਸ ਵੀਡੀਓ ਦਾ ਸੱਚ ਨਹੀਂ ਹਜੇ ਪਤਾ ਲੱਗਿਆ। ਕਹਿੰਦੇ ਜੀ ਆ ਕਿਤੇ ਇੱਕ ਦਰਖਤ ਜਿਹੜਾ ਕਾਰ ਦੇ ਵਿੱਚ ਉੱਗ ਗਿਆ, ਅਤੇ ਕਾਰ ਦੇ ਵਿੱਚ ਮਾਰ ਕੇ ਛੱਤ 'ਤੇ ਉੱਪਰ ਬਾਹਰ ਆ ਗਿਆ। ਵੀਡੀਓ ਨਾਲ ਨਾਲ ਦਿਖਾਈ, ਚਲੋ ਇਹ ਨਾਲ ਨਾਲ ਬੋਲ ਵੀ ਰਿਹਾ ਭਾਈ, ਪਤਾ ਨਹੀਂ ਕਿਹੜੀ ਭਾਸ਼ਾ ਬੋਲ ਰਿਹਾ, ਵੀ ਕਿਵੇਂ ਆਇਆ ਕਿਵੇਂ ਨਹੀਂ ਆਇਆ, ਪਰ ਇਹ ਗੱਲ ਜਿਹੜੀ ਹਜ਼ਮ ਨਹੀਂ ਹੁੰਦੀ। ਪਰ ਇਹਨੂੰ ਚਮਤਕਾਰ ਕਹਿ ਕੇ ਲੋਕ ਵੀ ਚਮਤਕਾਰ ਹੋਇਆ, ਦਰਖਤ ਵਿੱਚੋਂ ਦੀ ਕਾਰ ਦੇ ਨਿਕਲਿਆ ਅਤੇ ਉੱਪਰ ਚਲੇ ਗਿਆ, ਕਾਰ ਦੇ ਬਾਕੀ ਸ਼ੀਸ਼ੇ ਠੀਕ ਨੇ, ਕਾਰ ਦੇ ਦਰਵਾਜ਼ੇ ਠੀਕ ਨੇ, ਪਰ ਦਰਖਤ ਕਿਵੇਂ ਆ ਗਿਆ। ਪਰ ਮੈਨੂੰ ਇਹ ਲੱਗਦਾ, ਤੁਸੀਂ ਵੀਡੀਓ ਦੇਖ ਰਹੇ ਹੋ ਧਿਆਨ ਨਾਲ, ਤੁਹਾਨੂੰ ਕੀ ਲੱਗਦਾ, ਤੁਸੀਂ ਵੀ ਆਪਾਂ ਡਿਸਕਸ ਕਰ ਸਕਦੇ ਪਤਾ ਕਿਸੇ ਟਾਈਮ। ਪਰ ਮੈਨੂੰ ਇਹ ਲੱਗਦਾ ਵੀ ਇਹ ਇੱਕ ਪਬਲਿਸਿਟੀ ਲੈਣ ਵਾਸਤੇ ਸਟੰਟ ਬਣਾਇਆ, ਇੱਕ ਕਾਰ ਕੂਰ ਜ਼ਰੂਰ ਉਹਨਾਂ ਨੇ 5-7 ਹਜ਼ਾਰ ਵਾਲੀ ਖਰਾਬ ਕੀਤੀ ਆ, ਕਾਰ ਦੇ ਵਿੱਚੋਂ ਦਰਖਤ ਇੱਦਾਂ ਬਾਹਰ ਆ ਨਹੀਂ ਸਕਦਾ ਏਡਾ ਵੱਡਾ। ਤੁਸੀਂ ਧਿਆਨ ਨਾਲ ਜੇ ਵੀਡੀਓ ਦੇਖੋ ਤਾਂ ਦਰਖਤ ਇੱਦਾਂ ਹਿਲਦਾ। ਇਹ ਵੀ ਇਹਨਾਂ ਨੇ ਕੋਈ ਜਿਵੇਂ ਕ੍ਰਿਸਮਸ ਟ੍ਰੀ ਹੁੰਦਾ ਤਾਂ ਕਾਰ ਦੇ ਵਿੱਚ ਕਰਕੇ ਮੋਰੀ ਮਾਰੀ ਤਾਂ ਉਹਨੂੰ ਸੈੱਟ ਸੁੱਟ ਕਰਕੇ ਅਤੇ ਮੁੜ ਕੇ ਬਣਾਇਆ। ਵੀਡੀਓ ਨਹੀਂ ਫੇਕ ਹੈਗੀ, ਵੀਡੀਓ ਅਸਲੀ ਹੈ, ਪਰ ਉਹ ਦਰਖਤ ਮੈਨੂੰ ਲੱਗਦਾ ਵੀ ਉਹ ਫੇਕ ਹੈ। ਇੰਨਾ ਵਾਇਰਲ ਹੋਇਆ ਵੀ ਇੱਕ ਦਿਨ ਦੇ ਵਿੱਚ ਥੋੜ੍ਹੀ ਰਾਤੋਂ ਰਾਤ ਦਰਖਤ ਬਾਹਰ ਆ ਗਿਆ ਏਡਾ ਵੱਡਾ ਹੋ ਗਿਆ। ਕੋਈ ਗੱਡੀ ਖੜ੍ਹੀ ਹੋਊਗੀ ਪਹਿਲਾਂ ਦਰਖਤ ਬੀਜਿਆ ਹੋਊਗਾ ਥੋੜ੍ਹਾ ਥੋੜ੍ਹਾ ਉੱਤੋਂ। ਪਹਿਲੀ ਗੱਲ ਤਾਂ ਜਿੱਥੇ ਗੱਡੀ ਖੜ੍ਹੀ ਉੱਪਰ ਧੁੱਪ ਛਾਂ ਨਹੀਂ ਮਿਲਦੀ, ਧੁੱਪ ਨਹੀਂ ਮਿਲਦੀ, ਪੇੜ ਨੂੰ ਤਾਂ ਪੇੜ ਹੋ ਹੀ ਨਹੀਂ ਸਕਦਾ। ਸੋ ਇਹ ਜਿਹੜਾ ਸੋਸ਼ਲ ਮੀਡੀਆ ਹੈਗਾ ਜੀ, ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਬੇਵਕੂਫ ਬਣਾ ਰਿਹਾ। ਚਲੋ ਬਹੁਤ ਵੀਡੀਓ ਇੰਨੀ ਕੁ ਬਹੁਤ ਹੈ, ਜ਼ਿਆਦਾ ਕੀ ਦਿਖਾਉਣੀ ਹੈ, ਬੜੀ ਮਿਹਰਬਾਨੀ। ਇੱਕ ਹੋਰ ਵੀਡੀਓ ਦਿਖਾਉਣਾ ਜੀ, ਹੇਅਰ ਡਰੈਸਰ ਨਵਾਂ ਆਇਆ, ਪਰ ਜਿਵੇਂ ਕਹਿੰਦੇ ਹਰ ਚੀਜ਼ ਟੈਕਨੀਕ ਚੇਂਜ ਹੋ ਗਈ, ਹਰ ਚੀਜ਼ ਦੇ ਕੰਮ ਕਾਰ ਕਰਨ ਦੇ ਤਰੀਕੇ ਚੇਂਜ ਹੋ ਗਏ ਆ। ਸੋ ਲੋਕ ਆਪਣਾ ਕੰਮ ਕਾਰ ਵਧਾਉਣ ਵਾਸਤੇ ਵੱਖਰੇ ਵੱਖਰੇ ਤਰੀਕਿਆਂ ਨਾਲ ਕੰਮ ਕਰਦੇ ਨੇ। ਅਤੇ ਇਹ ਇੱਕ ਫੋਟੋ ਵੀਡੀਓ ਜਿਹੜੀ ਹੈ, ਇਹ ਆਪਣਾ ਮੈਂ ਯਾਰ ਸਰ ਦੋ ਵਾਰ ਦਿਖਾ ਦੇਣਾ। ਇਹ ਹੇਅਰ ਡਰੈਸਰ ਨਵਾਂ ਆਇਆ ਜੀ, ਤਾਂ ਸਟਾਈਲ ਦੇਖੋ ਵਾਲ ਕੱਟਣ ਦਾ, ਤੁਸੀਂ ਵੀ ਇਹਦੇ ਕੋਲ ਵਾਲ ਵੂਲ ਕਟਾਉਣੇ ਹੋਣ ਦੱਸ ਦਿਓ। ਪੂਰੀ ਪੁਰਾਣੀ ਫੀਲਿੰਗ ਲਿਆਉਂਦਾ ਪੂਰੀ ਪਿੰਡਾਂ ਵਾਲੀ, ਦਰਖਤ ਦੇ ਥੱਲੇ ਬਿਠਾ ਕੇ ਬੰਦੇ ਨੂੰ, ਸੋਰੀ ਇਹ ਕਿਹੜੇ ਕੱਟ ਕਰਦਾ, ਇਹ ਕਰਦਾ ਰੰਦਾ ਕੱਟ। ਪਤੰਦਰ ਨੇ ਰੰਦਾ ਬਣਾ ਰੱਖਿਆ, ਰੰਦਾ ਸਿਰ 'ਤੇ ਫੇਰਦਾ, ਅਤੇ ਐਂ ਲੱਗਦਾ ਵੀ ਜਿਵੇਂ ਇਹ ਸਿਰ ਦੇ ਵਾਲ ਨਹੀਂ ਕੱਟ ਰਿਹਾ, ਇਹ ਆਪਣੇ ਕਰ ਰਿਹਾ ਹੈਗਾ, ਲੱਕੜ 'ਤੇ ਰੰਦਾ ਮਾਰ ਰਿਹਾ। ਔਰ ਇਹ ਵੀ ਤਕਨੀਕ ਹੈਗੀ, ਮੈਂ ਦੇਖੇ ਸੀ ਵਾਲ ਕੱਟ ਕੇ ਵੀ ਅੱਗ ਨਾਲ ਵਾਲ ਕੱਟਦੇ, ਕਿੱਦਾਂ ਵਾਲ ਕੱਟਦੇ, ਇੱਕ ਉਹਦੇ ਸਿਰ 'ਤੇ ਬੈਠਾ ਵਾਲ ਕੱਟਦਾ। ਪਰ ਇਹ ਇਸ ਤਰ੍ਹਾਂ ਦਾ ਵਾਲ ਕੱਟਣ ਵਾਲਾ, ਇਸ ਤਰ੍ਹਾਂ ਦਾ ਹੇਅਰ ਸਟਾਈਲਰ ਜਿਹੜਾ, ਉਹ ਮੈਂ ਪਹਿਲੀ ਵਾਰ ਦੇਖਿਆ। ਔਰ ਤੁਸੀਂ ਵੀ ਇਹੋ ਜਿਹੇ ਵਾਲ ਵੂਲ ਕਟਾਉਣੇ ਹੋਣ ਜੀ, ਫਿਰ ਰੰਦਾ ਇੱਕ ਰੱਖੋ ਘਰੇ, ਅਤੇ ਥੱਲਿਓਂ ਤਾਂ ਨੂੰ ਫੇਰਤਾ, ਤਾਂ ਤੋਂ ਥੱਲੇ ਨੂੰ ਫੇਰਤਾ। ਚਲੋ ਜੀ ਕੰਮ ਬੰਨੇ, ਹੇਅਰ ਸਟਾਈਲ ਬਣ ਜਾਂਦਾ ਸਿੱਧਾ ਸਿੱਧਾ ਮਹਾਤਮਾ ਗਾਂਧੀ ਕੱਟ। ਅਤੇ ਤੁਸੀਂ ਵੀ ਇਹੋ ਜਿਹੇ ਵਾਲ ਕਟਾਉਣੇ ਹੋਣ ਅਤੇ ਹੇਅਰ ਡਰੈਸਰ ਦਾ ਪਤਾ ਮੈਂ ਦੇ ਸਕਦਾ ਇਹ ਵਾਲ ਕੱਟਣ ਵਾਲੇ ਭਾਈ ਦਾ। ਕਮਾਲ ਦੀ ਵੀਡੀਓ ਵੈਸੇ ਸਾਨੂੰ ਭੇਜੀ ਕਿਸੇ ਨੇ, ਕਈਆਂ ਦੀ ਕੁਆਲਿਟੀ ਥੋੜ੍ਹੀ ਜਿਹੀ ਡਾਊਨ ਹੁੰਦੀ ਵੀਡੀਓ ਦੀ, ਪਰ ਵੀਡੀਓ ਵਧੀਆ ਹੁੰਦੀਆਂ। ਸੋ ਉਮੀਦ ਕਰਦਾ ਜੀ ਇਹ ਵੀਡੀਓ ਤੁਹਾਨੂੰ ਜਿਹੜੀਆਂ ਆਈਦੀਆਂ ਹੈਗੀਆਂ ਇਹ ਵਧੀਆ ਲੱਗੀਆਂ ਹੋਣੀਆਂ, ਫੋਟੋਆਂ ਵਧੀਆ ਲੱਗੀਆਂ ਹੋਣੀਆਂ। ਪ੍ਰੋਗਰਾਮ ਜਿਹੜਾ ਹੈਗਾ, ਪ੍ਰੋਗਰਾਮ ਦਾ ਜਿਹੜਾ ਅਗਲਾ ਰੰਗ ਤੁਹਾਨੂੰ ਦਿਖਾਉਣਾ, ਉਹਦੇ 'ਚ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਪੰਜਾਬ ਦੇ ਵਿੱਚ ਲੈ ਚੱਲੀਏ, ਪੰਜਾਬ ਦੇ ਵਿੱਚੋਂ ਕਿਸੇ ਨਾ ਕਿਸੇ ਸੈਲੀਬ੍ਰਿਟੀ ਹਸਤੀ ਨਾਲ ਗੱਲਬਾਤ ਕਰੀਏ। ਕਿਸੇ ਨਾਲ ਕਾਫੀ ਦੇਰ ਹੋ ਗਈ ਮੈਂ ਕਲਾਕਾਰ ਵਗੈਰਾ ਕਿਸੇ ਨਾਲ ਗੱਲਬਾਤ ਕੀਤੀ ਨਹੀਂ ਇਸ ਪ੍ਰੋਗਰਾਮ ਦੇ ਵਿੱਚ। ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਰਨੈਲ ਕੁਮਾਨ ਸਾਹਿਬ, ਜਿਹੜੇ ਕਿ ਸਾਡੇ ਪ੍ਰੋਡਿਊਸਰ ਨੇ। ਸਾਡੇ ਪ੍ਰੋਡਿਊਸਰ ਤੋਂ ਭਾਵ ਇਹ ਹੈ ਕਿ ਮੈਂ ਅਗਰ ਅੱਜ ਤੁਹਾਡੇ ਸਾਹਮਣੇ ਬੈਠਾ ਜਿਵੇਂ, ਤਾਂ ਮੈਂ ਵੀ ਉਹਨਾਂ ਦੀ ਬਦੌਲਤ ਬੈਠਾ। ਮੈਨੂੰ ਇਸ ਲਾਈਨ 'ਚ ਲਿਆਉਣ ਵਾਲੇ ਉਹ ਨੇ, ਭਗਵੰਤ ਮਾਨ ਨੂੰ ਇਸ ਲਾਈਨ ਵਿੱਚ ਲਿਆਉਣ ਵਾਲੇ ਉਹ ਨੇ, ਬਹੁਤ ਸਾਰੇ ਹੋਰ ਸੈਂਕੜੇ ਕਲਾਕਾਰ ਉਹਨਾਂ ਨੇ ਸਥਾਪਿਤ ਕੀਤੇ ਨੇ ਆਪਣੇ ਸਮੇਂ ਦੇ ਵਿੱਚ, ਬਹੁਤ
ਨੰਬਰ ਵਨ ਪ੍ਰੋਡਿਊਸਰ ਕਹਿ ਸਕਦੇ, ਨੰਬਰ ਵਨ ਪੇਸ਼ਕਾਰ ਜਿਹੜੇ ਉਹ ਹੈਗੇ ਜਰਨੈਲ ਕਮਾਨ, ਉਹਨਾਂ ਨਾਲ ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਬਹੁਤ ਬਹੁਤ ਘਰਾਂ ਵਿੱਚ ਬੈਠੇ ਪੂਰੀ ਦੁਨੀਆ ਵਿੱਚ ਪੰਜਾਬੀ ਜਿਹੜੇ ਬੈਠੇ ਨੇ, ਜਸ ਪੰਜਾਬੀ ਦੇਖ ਰਹੇ। ਜਿਵੇਂ ਕਿ ਅੱਜ ਮੈਂ ਤੁਹਾਨੂੰ ਦੱਸਿਆ ਕਿ ਪ੍ਰੋਗਰਾਮ ਅੱਜ ਰਿਕਾਰਡਡ ਤੁਸੀਂ ਦੇਖ ਰਹੇ ਹੋ, ਤੁਹਾਡੀਆਂ ਕਾਲਾਂ ਦਾ ਸਿਲਸਿਲਾ ਨਹੀਂ ਅੱਜ ਹੋਣਾ, ਪਰ ਮੈਂ ਹੁਣ ਫੋਨ 'ਤੇ ਜਿਸ ਮਹਾਨ ਹਸਤੀ ਨੂੰ, ਮੈਂ ਮਹਾਨ ਹਸਤੀ ਹੀ ਕਹੂੰਗਾ ਉਹਨਾਂ ਨੂੰ, ਹੁਣ ਫੋਨ 'ਤੇ ਗੱਲਬਾਤ ਕਰਾਉਣ ਜਾ ਰਿਹਾ ਇੰਡੀਆ ਤੋਂ, ਉਹਨਾਂ ਦਾ ਅਗਰ ਜ਼ਿਕਰ ਕਰਨਾ ਹੋਵੇ ਤਾਂ ਬਹੁਤ ਸ਼ਬਦ ਚਾਹੀਦੇ ਨੇ, ਉਹਨਾਂ ਦੇ ਕੰਮ ਬਾਰੇ ਬੋਲਣਾ ਹੋਵੇ ਤਾਂ ਬਹੁਤ ਸ਼ਬਦ ਚਾਹੀਦੇ, ਬਹੁਤ ਟਾਈਮ ਚਾਹੀਦਾ। ਪਰ ਮੋਟੇ ਲਫਜ਼ਾਂ ਦੇ ਵਿੱਚ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਬਹੁਤ ਸੁਪਰ ਸਟਾਰ ਬਣਾਇਆ ਪੰਜਾਬੀ ਗਾਇਕੀ ਦੇ ਵਿੱਚ, ਜਿਨ੍ਹਾਂ ਦੇ ਵਿੱਚ ਅਗਰ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ ਜਸ ਪੰਜਾਬੀ ਦੇ ਜ਼ਰੀਏ, ਤਾਂ ਮੈਂ ਵੀ ਉਹਨਾਂ ਦੀ ਹੀ ਬਦੌਲਤ ਹੈ। ਮੇਰੀ ਸ਼ੁਰੂਆਤ ਕਰਨ ਵਾਲੇ ਇਸ ਫੀਲਡ ਦੇ ਵਿੱਚ ਉਹ ਨੇ, ਭਗਵੰਤ ਮਾਨ ਹੁਣਾਂ ਨੂੰ ਇਸ ਮਾਰਕੀਟ ਦੇ ਵਿੱਚ ਲਿਆਉਣ ਵਾਲੇ, ਕੋਮੇਡੀ ਦੇ ਵਿੱਚ ਲਿਆਉਣ ਵਾਲੇ ਉਹ ਨੇ। ਪਹਿਲੀ ਕੈਸਟ ਉਹਨਾਂ ਨੇ ਭਗਵੰਤ ਮਾਨ ਨੂੰ ਅਪਰੋਚ ਕਰਕੇ ਲਈ ਸੀ। ਉਸ ਤੋਂ ਬਾਅਦ ਗੱਲ ਕਰੀਏ ਤਾਂ ਕੋਈ ਵੀ ਪੰਜਾਬੀ ਦਾ ਐਸਾ ਕਲਾਕਾਰ, ਐਸਾ ਗਾਇਕ ਕਲਾਕਾਰ, ਚਾਹੇ ਉਹ ਏ ਪਲੱਸ ਆ, ਚਾਹੇ ਬੀ ਕਲਾਸ ਆ, ਚਾਹੇ ਸੀ ਕਲਾਸ ਹੈ, ਸਾਰੇ ਕਲਾਕਾਰਾਂ ਨੂੰ ਉਹਨਾਂ ਨੇ ਰਿਕਾਰਡ ਕੀਤਾ। ਈਵਨ ਗੁਰਦਾਸ ਮਾਨ, ਹੰਸਰਾਜ, ਸਰਦੂਲ ਸਿਕੰਦਰ, ਸੁਖਵਿੰਦਰ, ਸਾਰਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੱਥਾਂ ਦੇ ਵਿੱਚੋਂ ਨਿਕਲੇ ਨੇ ਸਾਰੇ ਗਾਇਕ ਕਲਾਕਾਰ। ਔਰ ਤੁਸੀਂ ਛਿਣਕਾਟਾ ਜਿੰਨੀਆਂ ਪਹਿਲਾਂ ਕੈਸਟਾਂ ਆਈਆਂ ਕਾਫੀ, ਅਤੇ ਸਾਡੀਆਂ ਕੈਸਟਾਂ ਦੇ ਉੱਪਰ ਵੀ ਇੱਕ ਫੋਟੋ ਛੋਟੀ ਜਿਹੀ ਦੇਖਦੇ ਹੁੰਦੇ ਹੋ ਔਰ ਪੁੱਛਦੇ ਹੁੰਦੇ ਹੋ, ਮੈਨੂੰ ਵੀ ਕਈ ਲੋਕ ਪੁੱਛ ਲੈਂਦੇ ਹੁੰਦੇ ਸੀ ਉਦੋਂ ਵੀ, ਤੇਰਾ ਨਾਂ ਜਰਨੈਲ ਘੁਮਾਣ? ਅਤੇ ਮੈਂ ਦੱਸ ਦਿੰਦਾ, ਨਹੀਂ, ਮੇਰਾ ਨਾਮ ਜਗਤਾਰ ਜੱਗੀ ਹੈ, ਭਗਵੰਤ ਮਾਨ ਦੇ। ਕੋਈ ਜਰਨੈਲ ਘੁਮਾਣ ਦਾ ਨਾਮ ਇੱਕ ਜਿੰਨਾ ਕਲਾਕਾਰਾਂ ਨੂੰ ਲੋਕ ਜਾਣਦੇ ਅਤੇ ਉਨਾ ਹੀ ਇਹਨਾਂ ਨੂੰ ਜਾਣਦੇ ਹੈਗੇ ਨੇ ਪੂਰੀ ਦੁਨੀਆ ਦੇ ਵਿੱਚ। ਕਾਫੀ ਲੰਬੇ ਅਰਸੇ ਤੋਂ ਸੰਗੀਤ ਦੀ ਇੰਡਸਟਰੀ ਦੇ ਵਿੱਚ, ਸੰਗੀਤ ਦੇ ਵਿੱਚ ਜਾਂ ਕੋਮੇਡੀ ਦੇ ਵਿੱਚ, ਫਿਲਮਾਂ ਦੇ ਵਿੱਚ ਲੱਗੇ ਹੋਏ ਨੇ। ਸੁਰ ਸੰਗਮ ਸਟੂਡੀਓ ਚੰਡੀਗੜ੍ਹ ਦੀ ਵਿੱਚ, ਜਿੱਥੇ ਮੈਂ ਸ਼ੁਰੂਆਤ ਮੇਰੀ ਉੱਥੇ ਹੀ ਹੋਈ ਸੀਗੀ, ਇਉਂ ਕਹਿ ਲਈਏ ਸਟੂਡੀਓ ਬਣਾਇਆ ਜੇ ਹੈਗਾ ਇੱਟਾਂ ਆਪ ਫੜਾ ਫੜਾ ਕੇ, ਤਾਂ ਉਹ ਵੀ ਕੋਈ ਵੱਡੀ ਗੱਲ ਨਹੀਂ ਹੋਊਗੀ। ਸੋ ਅੱਜ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਜੀ ਤੁਹਾਡੇ ਨਾਲ ਗੱਲਬਾਤ ਕਰਾ ਕੇ। ਸਾਡੀ ਪੰਜਾਬੀ ਇੰਡਸਟਰੀ ਦੇ ਬਾਬਾ ਬੋਰਡ, ਆਡੀਓ ਕੈਸਟਰਾਂ ਦੇ ਬਾਬਾ ਬੋਰਡ, ਜਿਹੜੇ ਹੁਣ ਫਿਲਮਾਂ ਦੇ ਖੇਤਰ ਦੇ ਵਿੱਚ ਉਹਨਾਂ ਨੇ ਪੈਰ ਰੱਖਿਆ, ਜਰਨੈਲ ਘੁਮਾਣ ਸਾਹਿਬ ਨਾਲ ਗੱਲਬਾਤ ਹੋ ਰਹੀ ਹੈ ਜੀ। ਬੜਾ ਮਾਣ ਮਹਿਸੂਸ ਹੋ ਰਿਹਾ। ਘੁਮਾਣ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਦੇ ਸਾਰੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਤੇ ਜਸ ਪੰਜਾਬੀ ਦੀ ਸਾਰੀ ਟੀਮ ਨੂੰ, ਖਾਸ ਕਰ ਜਗਤਾਰ ਜੀ ਤੁਹਾਡਾ, ਤੇ ਤੁਸੀਂ ਨੇ ਐਡੀ ਬਿੱਟ ਲੰਬੀ ਭੂਮਿਕਾ ਬੰਨੀ, ਇੰਨੀ ਦੀ ਲੋੜ ਨਹੀਂ ਸੀ, ਛੋਟਾ ਜੀ ਨਹੀਂ ਨਿਬੇੜ ਦਿੰਦੇ ਕੰਮ। ਨਹੀਂ ਜੀ, ਅਗਰ ਜਰਨੈਲ ਘੁਮਾਣ ਦੀ ਗੱਲ ਕਰਨੀ ਹੋਵੇ, ਜਿਹੜੇ ਲੋਕ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਇੱਕ ਯੂਨੀਵਰਸਿਟੀ ਹੈ ਜੀ, ਚੱਲਦੀ ਫਿਰਦੀ ਯੂਨੀਵਰਸਿਟੀ ਨੇ। ਔਰ ਜਰਨੈਲ ਘੁਮਾਣ ਦਾ ਸੱਤ ਅੱਖਰਾਂ ਨੇ, ਜ਼ਿਆਦਾ ਨਹੀਂ, ਤੁਸੀਂ ਤਾਂ ਬਾਹਲੀ ਕੁਛ ਕਰਤਾ, ਐਡਾ ਲੋੜ ਨਹੀਂ ਹੁੰਦੀ, ਨਹੀਂ ਚਲੋ ਆਪਾਂ ਪੰਚ ਤੇ ਆਉਣੇ ਆ ਵੀ ਦਿੜਬੇ ਤੋਂ, ਦਿੜਬੇ ਤੁਸੀਂ ਰਹੇ ਹੋ, ਦਿੜਬੇ ਦੇ ਵਿੱਚ ਸਾਰਾ ਤੁਹਾਡਾ ਬਚਪਨ ਵੀ ਬੀਤਿਆ, ਅਤੇ ਉਸ ਤੋਂ ਬਾਅਦ ਇੱਧਰਲੇ ਪਾਸੇ ਨੂੰ ਝੁਕਾਅ ਜਿਹੜਾ ਹੋਇਆ ਮਿਊਜ਼ਿਕ ਇੰਡਸਟਰੀ ਜਾਂ ਮਨੋਰੰਜਨ ਇੰਡਸਟਰੀ ਵਾਲੇ ਪਾਸੇ ਕਿਵੇਂ ਹੋਇਆ? ਜਗਤਾਰ ਜੀ, ਦੇਖੋ ਕੋਈ ਵੀ ਬੰਦਾ ਨਾ ਕਿਤੇ ਨਾ ਕਿਤੇ ਜਦੋਂ ਕਿਸੇ ਦੂਜੀ ਲਾਈਨ ਨੂੰ ਅਡਾਪਟ ਕਰਦਾ ਜਾਂ ਉੱਧਰ ਨੂੰ ਕਨਵਰਟ ਹੁੰਦਾ ਨਾ, ਤਾਂ ਉਹਦੇ ਅੰਦਰ ਕੁਛ ਨਾ ਕੁਛ ਇਹੋ ਜਿਹਾ ਹੁੰਦਾ ਕਿ ਜਿਹੜਾ ਉੱਧਰ ਨੂੰ ਜਾਣ ਨੂੰ ਪ੍ਰੇਰਦਾ। ਮੈਂ ਇੱਕ ਬਹੁਤ ਹੀ ਮਤਲਬ ਵਧੀਆ ਸਰੋਤਾ ਸੀਗਾ ਗੀਤਾਂ ਦਾ, ਮਤਲਬ ਮੈਂ ਜ਼ਿੰਦਗੀ ਦੇ ਵਿੱਚ ਜਿੰਨਾ ਮੁਹੰਮਦ ਰਫੀ ਤੇ ਰਣਜੀਤ ਕੌਰ ਜੀਹਰਾਂ ਨੂੰ ਸੁਣਿਆ, ਮੇਰਾ ਖਿਆਲ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਊਗਾ, ਮਤਲਬ ਜਨੂੰਨ ਲੈਵਲ ਤੱਕ ਮੈਂ ਸੁਣਿਆ, ਤਾਂ ਮੇਰੇ ਅੰਦਰ ਇੱਕ ਚਿੰਗ ਰਹਿੰਦੀ ਸੀ ਹਮੇਸ਼ਾ ਉਹਨਾਂ ਨੂੰ ਸੁਣਨ ਦੀ, ਉਹਨਾਂ ਦੇ ਖੜੇ ਸੁਣਨ ਦੀ, ਦੇਖਣ ਦੀ, ਇਲਾਕੇ ਚ ਕਿਤੇ ਵੀ ਹੁੰਦੇ ਤਾਂ ਉੱਥੇ ਇੱਕ ਨਾਂ ਆਉਂਦਾ ਹੁੰਦਾ ਪਿੱਛੇ, ਮਤਲਬ ਮਾਨ ਮਗਾਲਾਂ ਵਾਲਾ, ਮਾਨ ਬਾਬੂ ਸਿੰਘ ਮਾਨ, ਮਤਲਬ ਏਦਾਂ ਨਾਂ ਆਉਂਦਾ ਹੁੰਦਾ, ਤਾਂ ਜਦੋਂ ਉਹ ਨਾਂ ਮੇਰੇ ਕੰਨਾਂ ਚ ਪੈਂਦਾ ਮਾਨ ਸਾਹਿਬ ਦਾ, ਤਾਂ ਮੇਰੇ ਇੱਕ ਕਰੰਟ ਜਿਹਾ ਲੱਗਦਾ ਕਿ ਯਾਰ ਕਾਸ਼ ਮੇਰਾ ਨਾਂ ਵੀ ਆਇਆ ਆਵੇ ਵਿੱਚ ਘੁਮਾਣ। ਅੱਛਾ ਜੀ, ਤੋ ਫਿਰ ਮਤਲਬ ਮੈਂ ਕਹੂੰਗਾ ਕਿ ਮੈਨੂੰ ਮੇਰੇ ਜਿਹੜੇ ਮਾਰਗ ਦਰਸ਼ਕ ਕਹਿ ਲਓ ਜਾਂ ਕੁਛ ਵੀ ਕਹਿ ਲਓ, ਮੈਂ ਜਿਹੜਾ ਮਾਨ ਸਾਹਿਬ ਨੂੰ ਹੀ ਦਿਮਾਗ 'ਚ ਰੱਖ ਕੇ ਇੱਕ ਤਰ੍ਹਾਂ ਆਪਦੇ ਅੰਦਰ ਪੌਦਾ ਜਿਹਾ ਪੂੰਗਰਨ ਲਾਇਆ ਕਿ ਯਾਰ ਮੈਨੂੰ ਗੀਤ ਲਿਖਣੇ ਚਾਹੀਦੇ ਨੇ, ਹੈ ਨਾ, ਤੇ ਬਾਹ ਫੜੀ
ਮਤਲਬ ਮੇਰੇ ਰਹਿਬਰ, ਮੇਰੇ ਰੱਬ, ਮੇਰੇ ਪਿਤਾ ਸਮਾਨ, ਨਹੀਂ ਮੈਂ ਪਿਤਾ ਹੀ ਕਹੂੰਗਾ, ਹੈ ਨਾ, ਪਿਤਾ ਸਮਾਨ ਸ਼ਬਦ ਹੋਰ ਹੁੰਦਾ। ਸਦੀਕ ਸਾਹਿਬ ਨੇ ਮਤਲਬ ਮੈਨੂੰ ਜਦੋਂ ਉਂਗਲੀ ਫੜ ਕੇ ਤੋਰਿਆ ਇਸ ਪਾਸੇ ਤਾਂ ਮੈਨੂੰ ਲੱਗਿਆ ਕਿ ਯਾਰ ਕੁਛ ਨਾ ਕੁਛ ਬਣੂਗਾ। ਚਲੋ ਤੁਹਾਡੇ ਸਾਹਮਣੇ ਸਾਰਾ ਕੁਛ ਹੋਇਆ, ਫਿਰ ਗਾਣੇ ਰਿਕਾਰਡ ਹੋਣ ਲੱਗ ਗਏ, ਚਲੋ ਗਾਣਿਆਂ ਤੋਂ ਬਾਅਦ ਇੱਕ ਮਿਊਜ਼ਿਕ ਕੰਪਨੀ ਵਾਲੇ ਪਾਸੇ ਕਨਵਰਟ ਹੋ ਗਏ। ਮਤਲਬ ਇੱਕ ਸੀਗਾ ਕਿ ਯਾਰ ਮਾਨ ਬਰਾੜਾ ਵਾਲੇ ਵਾਂਗੂ ਜਰਨੈਲ ਕਮਾਂਡਰ ਵਾਲਾ ਵੀ ਕਿਤੇ ਨਾ ਕਿਤੇ ਆਵੇ, ਹੈ ਨਾ। ਉਹ ਫਿਰ ਮੇਰੇ ਪਹਿਲਾ ਗਾਣੇ ਜਦੋਂ ਰਿਕਾਰਡ ਹੋਇਆ ਸੀ, ਤੁਸੀਂ ਸੁਣਿਆ ਹੋਊਗਾ, ਸ੍ਰੀ ਗੜਬਾ ਜੀ ਆਖੂ ਹਰੇਕ ਨੀ, ਤਾਂ ਮੈਨੂੰ ਪਤਾ ਕਿ ਕਿੰਨਾ ਸਕੂਨ ਮਿਲਿਆ ਹੋਊਗਾ ਜਦੋਂ ਸਦੀਕ ਸਾਹਿਬ ਨੇ ਗੜਬੇ ਗਾਣਾ ਗਾਇਆ ਸੀ ਹੋਰ ਭੈਣ ਜੋਰਾਂ ਨਾਲ ਉੱਥੇ। ਅੱਛਾ, ਆਪਾਂ ਤਾਂ ਚਲੋ ਇੱਥੋਂ ਸ਼ੁਰੂਆਤ ਹੋਈ ਬਸ ਤੁਹਾਨੂੰ ਸਾਹਮਣੇ। ਹਾਂਜੀ ਜੀ ਭਾਜੀ, ਇੱਥੇ ਸ਼ੁਰੂਆਤ ਹੋਈ ਕਿਉਂਕਿ ਸਰੋਤੇ ਤੋਂ ਆਪਾਂ ਰਾਈਟਰ ਬਣੇ, ਰਾਈਟਰ ਤੋਂ ਇੱਕ ਗੀਤਕਾਰ ਜੇ ਬਣ ਗਏ, ਮਤਲਬ ਗੀਤਕਾਰ ਸ਼ਬਦ ਜੁੜ ਗਿਆ ਨਾਲ, ਉਹ ਦੁਬਾਰਾ ਪੇਸ਼ਕਾਰ ਜੁੜ ਗਿਆ, ਹੈ ਨਾ, ਪੇਸ਼ਕਾਰ ਤਾਂ ਤੁਹਾਡੇ ਸਾਹਮਣੇ ਜੁੜਿਆ। ਹਾਂਜੀ, ਬਸ ਜ਼ਿੰਦਗੀ ਚੱਲਦੀ ਰਹੀ, 34-35 ਸਾਲ ਹੀ ਲੰਘ ਗਏ। ਨਹੀਂ ਨਹੀਂ ਮੈਂ ਬਹੁਤ ਸਾਰੀਆਂ ਯਾਦਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੂੰਗਾ ਤੁਹਾਡੀਆਂ ਵੀ। ਅਤੇ ਵੈਸੇ ਪਰ ਜਦੋਂ ਤੁਸੀਂ ਆਪਾਂ ਜਦੋਂ ਮਿਲੇ ਹਾਂ ਜੀ, ਬਹੁਤ ਲੰਬਾ ਸਮਾਂ ਇਕੱਠੇ ਰਹੇ ਜੀ, ਲੁਧਿਆਣੇ ਅਸੀਂ ਵੀ ਰਹਿੰਦੇ ਰਹੇ ਹਾਂ, ਮੇਰਾ ਵੀ ਸੁਭ ਤੁਹਾਡੇ ਨਾਲ, ਦੇਖੋ ਕਿੱਥੋਂ ਸਵਾਬ ਬਣਿਆ, ਸ਼ੇਰੇ ਕਰਕੇ ਸਵਾਬ ਬਣਿਆ ਤੁਹਾਨੂੰ ਮਿਲਣ ਦਾ, ਉਸ ਸਵਾਬ ਤੋਂ ਅੱਜ ਮੈਂ ਇੱਥੇ ਅਮੈਰੀਕਾ, ਉਸੇ ਕਰਕੇ ਅਮੈਰੀਕਾ ਬੈਠਾ, ਜਸ ਪੰਜਾਬੀ 'ਤੇ ਵਧੀਆ ਕੰਮ ਕਰ ਰਿਹਾ ਜੀ, ਉਸ ਸਵਾਬ ਤੋਂ ਸ਼ੇਰੇ ਨੂੰ ਲਿਜਾਣ ਦੇ ਸਵਾਬ ਤੋਂ। ਅਤੇ ਅੱਛਾ ਗੱਲ ਜੇ ਕਰੀਏ ਕਮਾਨ ਸਾਹਿਬ, ਜੇ ਆਪਾਂ ਗੱਲ ਗੀਤਕਾਰੀ ਦੀ, ਗੀਤ ਬਹੁਤ ਸੁਪਰ ਡੁਪਰ ਹਿੱਟ ਵੀ ਹੋਏ ਨੇ, ਪਰ ਇਹ ਤੁਹਾਨੂੰ ਬਚਪਨ ਦੇ ਵਿੱਚ ਕਦੋਂ ਕੁ ਪਤਾ ਲੱਗਿਆ ਵੀ ਲਿਖਣ ਦੀ ਸ਼ਿਕਾਇਤ ਰਹਿੰਦੀ ਤੁਹਾਨੂੰ? ਮੈਨੂੰ ਤਾਂ ਬਚਪਨ ਤੋਂ ਹੀ, ਮੈਂ ਤਾਂ ਖਾਸੀ ਉਮਰ ਚ ਆ ਕੇ ਲੱਗਿਆ, ਮੈਂ ਤਾਂ ਵਿਆਹ ਕਰਾ ਲਿਆ ਸੀ, 3 ਮੁੰਡੇ ਹੋ ਗਏ ਸੀ, ਮੈਨੂੰ ਤਾਂ ਇਹ 85-86 ਤੇ ਲੱਗਿਆ। ਮਤਲਬ ਜੇ ਮੈਂ ਗੱਲ ਕਰਾਂ, ਮੈਨੂੰ ਤਾਂ ਉਦੋਂ ਕਾਫੀ ਉਮਰ ਸੀਗੀ, ਮਤਲਬ ਵਿਆਹ ਤੋਂ ਬਾਅਦ ਕਿਤੇ ਵਿਆਹ 3 ਬੇਟੇ ਵੀ ਹੋ ਗਏ ਸੀ, 2 ਤਾਂ ਹੋ ਹੀ ਗਏ ਹੋਣਗੇ। ਅੱਛਾ ਜੀ, ਮੈਂ ਤਾਂ ਬਹੁਤ ਵੱਡੀ ਉਮਰ ਚ ਆ ਕੇ ਲਿਖਣ ਲੱਗਿਆ। ਉਦੋਂ ਪਹਿਲਾਂ ਮੈਂ ਤਾਂ ਸ਼ਬਦ ਸ਼ਬਦ ਭਜਨ ਭਜਨ ਲਿਖਦਾ ਹੁੰਦਾ, ਸੰਤਾਂ ਸੰਤਾਂ ਦੇ ਸਾਡਾ ਟੱਬਰ ਜਾਂਦਾ, ਤੁਹਾਨੂੰ ਪਤਾ ਹੀ ਹੈ। ਹਾਂਜੀ, ਮੈਨੂੰ ਤਾਂ ਜੇ ਮੈਂ ਪਹਿਲਾ ਗਾਣਾ ਕਵਾਂ ਤਾਂ 85 ਚ ਲਿਖਿਆ ਹੋਊਗਾ। ਸਾਡੇ ਇੱਕ ਉੱਥੇ ਮੇਰੇ ਫਰੈਂਡ ਸੀਗੇ, ਵਿਚਾਰੇ ਵਿਚਾਰੇ ਹੁਣ ਇਸਦੀਆਂ 'ਚ ਨਹੀਂ ਹੈਗੇ, ਇੱਕ ਅਸੀਂ ਡਰਾਮਾ ਖੇਡਦੇ ਹੁੰਦੇ ਪਿੰਡਾਂ 'ਚ ਦਾਜ ਦੇ ਉੱਤੇ, ਉਸ ਜ਼ਮਾਨੇ 'ਚ ਦਾਜ ਦੇ ਡਰਾਮੇ ਬਹੁਤ ਹੁੰਦੇ ਸੀ ਡੋਰੀ ਦੇ, ਤੇ ਉਹਦੇ 'ਚ ਕੁਛ ਗਾਣੇ ਚਾਹੀਦੇ ਸੀਗੇ। ਕਹਿੰਦੇ ਜਰਨੈਲ ਤੂੰ ਵੀ ਲਿਖ ਲੈ ਯਾਰ, ਤੂੰ ਆ ਤੇ ਰਾਵ ਤੋਂ ਉਂਗਲੀਲਾ ਦੇ ਲਿਖ ਹੀ ਲੈਂਦਾ। ਉਹ ਫਿਰ ਮੈਂ ਉਹਦੇ 'ਚ ਲਿਖੇ ਸੀ 2 ਗਾਣੇ, ਨੱਕ ਚੰਦਰਾ ਪਵਾੜੇ ਪਾਵੇ ਸ਼ਰੀਕੇ ਵਿੱਚ ਨੱਕ ਨਾ ਰਹੇ। ਉਦੋਂ ਲੱਗਿਆ ਕਿ ਯਾਰ ਮੈਂ ਗਾਣੇ ਵੀ ਲਿਖ ਸਕਦਾ, ਫਿਰ ਮੈਂ ਉਦੋਂ ਬਾਅਦ, ਕਿਉਂਕਿ ਪਿੱਛੋਂ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਤਾਂ ਮੇਰੇ ਬਾਰੇ ਬਹੁਤ ਜ਼ਿਆਦਾ ਪਤਾ, ਮੇਰੇ ਨਾਲ ਵੀ ਵੱਧ ਪਤਾ ਜੀ, ਇਹ ਫਕੀਰ ਚੰਦ ਫੱਕਰ ਜੀ ਮੇਰੇ ਸਾਥ ਸੀ ਕ੍ਰਿਸ਼ਨ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਨਾ, ਤੇ ਉਹਨਾਂ ਤੋਂ ਸਿੱਖੇ ਸੀ ਅਸੀਂ ਛੰਦਾਬੰਦੀ ਵਗੈਰਾ, ਪਿੰਗਲ ਦੀਆਂ ਕੁਛ ਤੁਕਬੰਦੀਆਂ ਜਿੰਨੀਆਂ ਚੀਜ਼ਾਂ ਹੁੰਦੀਆਂ ਨਾ, ਤਾਂ ਉਹਦੇ ਕਰਕੇ ਇੱਕ ਚਿੰਗ ਜੀ ਫਿਰ 85-84 ਤੋਂ ਲੱਗਣੀ ਸ਼ੁਰੂ ਹੋਈ ਸੀਗੀ ਜੀ, ਬਹੁਤ ਵੱਡੀ ਉਮਰ ਚ ਆ ਕੇ, ਕਾਫੀ ਵੱਡੀ ਉਮਰ ਚ ਆ ਕੇ, ਆਪਾਂ ਬੜੇ ਬੜੇ ਵੀ ਬਾਰੇ ਨੀ ਸੀ, ਤੁਹਾਨੂੰ ਪਤਾ ਹੀ ਬਹੁਤ ਥੋੜੇ ਪੜੇ ਹੋਏ ਆਪਾਂ ਜੀ ਜੀ ਜੀ, ਤਾਂ ਕਰਕੇ ਉਹ ਇੱਕ ਮਤਲਬ ਸਰੋਤੇ ਦੇ ਵਿੱਚ ਹੀ ਇੱਕ ਗੀਤਕਾਰ ਜੰਮਿਆ। ਤੇ ਪਹਿਲਾ ਗੀਤ ਯਾਦ ਆ ਫਿਰ ਕਿਹੜਾ ਰਿਕਾਰਡ ਹੋਇਆ ਸੀਗਾ ਜੀ, ਕਿਹੜੇ ਕਲਾਕਾਰ ਦੀ ਆਵਾਜ਼ ਦੇ ਵਿੱਚ? ਮੇਰਾ ਜਿਹੜਾ ਸਭ ਤੋਂ ਪਹਿਲਾ ਗੀਤ ਰਿਕਾਰਡ ਹੋਇਆ ਸੀ, ਉਹ ਤਾਂ ਹੋਇਆ ਸੀਗਾ ਮੇਰੇ ਬਹੁਤ ਹੀ ਪਰਿਵਾਰਕ ਮੈਂਬਰ ਵੀ ਦੋਸਤ ਕਹਿ ਸਕਦਾ, ਪਸ਼ਨਾਰਾ ਸਿੰਘ ਚਹਿਲ ਦੀ ਬਾਤ, ਇੱਕ ਅੱਜ ਕੱਲ ਨਾਂ ਬਹੁਤ ਵੱਡਾ ਨਾਂ ਹੈਗਾ ਦੁਨੀਆਂ ਦੇ ਵਿੱਚ, ਐਜ ਏ ਮਿਊਜ਼ਿਕ ਡਾਇਰੈਕਟਰ ਕਹਿ ਲਓ, ਐਜ ਏ ਵੀਡੀਓ ਡਾਇਰੈਕਟਰ ਕਹਿ ਲਓ, ਐਜ ਏ ਫਿਲਮ ਡਾਇਰੈਕਟਰ ਕਹਿ ਲਓ, ਰਿੰਪੀ ਪ੍ਰਿੰਸ ਹੋਰਾਂ ਦਾ, ਰਿੰਪੀ ਹੋਰਾਂ ਦੇ ਬਜ਼ੁਰਗ ਜਿਹੜੇ ਭਾਜੀ ਹੋਰੀ ਸੀਗੇ, ਉਹਨਾਂ ਨੇ ਕੰਪਨੀ ਖੋਲੀ ਸੀ ਰਿੰਪੀ ਜਲੰਧਰ, ਉਹ ਸ਼ਿੰਗਾਰਾ ਸਿੰਘ ਚਹਿਲ ਦੀ ਇੱਕ ਕੈਸਟ ਰਿਕਾਰਡ ਹੋਈ ਸੀ ਧੂੰਏ ਦੇ ਬਹਾਨੇ ਰੋਮੇ ਜੀ, ਉਹ 'ਚ ਮੇਰੇ 2 ਗਾਣੇ ਰਿਕਾਰਡ ਹੋਏ ਸੀ, ਤਾਂ ਉਹਦੇ 'ਚ ਮੇਰਾ ਇੱਕ ਗਾਣਾ ਸੀ ਰੋਮੇ ਜੀ ਨਾਮ ਅਲਰੇ ਨਸੀਹਤ ਪੈਪੂ ਗਾਣਾ ਸੀਗਾ, ਪਹਿਲੇ 2 ਗਾਣੇ ਉਸ ਕੈਸਟ 'ਚ ਮੇਰੇ ਰਿਕਾਰਡ ਹੋਏ ਸੀ, ਤੇ ਸੈਕੰਡ ਫਿਰ ਮੇਰੇ ਗਾਣੇ ਜਿਹੜੇ ਰਿਕਾਰਡ ਹੋਏ ਸਦੀਕ ਸਾਹਿਬ ਦੀ ਆਵਾਜ਼ 'ਚ, ਤੁਹਾਨੂੰ ਪਤਾ ਹੀ ਰਣਜੀਤ ਕੌਰ ਭੈਣ ਜੀ ਦੀ ਆਵਾਜ਼ 'ਚ। ਵਾਹ ਜੀ ਵਾਹ, ਬਹੁਤ ਵਧੀਆ ਗੱਲਾਂ ਬਾਤਾਂ ਕਰਾਂਗੇ ਜੀ ਕਮਾਨ ਸਾਹਿਬ, ਇਸੇ ਤਰ੍ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਇਹਨੂੰ ਕੰਟੀਨਿਊ ਰੱਖਾਂਗੇ, ਤੁਸੀਂ ਫੋਨ ਕੱਟਿਓ ਨਾ, ਹੋਲਡ ਰੱਖਿਓ, ਤੇ ਮੈਂ ਕਰਾਂਗਾ ਬੈਠੇ ਦਰਸ਼ਕਾਂ ਨੂੰ ਦੱਸ ਦਿਓ, ਜਰਨੈਲ ਕਮਾਨ ਸਾਹਿਬ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ, ਅਕਸਰ 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 ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਰਹਿੰਦਾ ਜਦੋਂ ਕਿਤੇ ਭਗਵੰਤ ਮਾਨ ਦੀ ਗੱਲ ਚੱਲਦੀ ਜੇ ਮੇਰੀ ਗੱਲ ਚੱਲਦੀ ਹੈ। ਬ੍ਰੇਕ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਦੀਆਂ ਹੋਰ ਜਿਹੜੀਆਂ ਸੱਚਾਈਆਂ ਜਾਂ ਤਜਰਬੇ ਜ਼ਰੂਰ ਸਾਂਝੇ ਕਰਾਂਗੇ, ਫਿਲਹਾਲ ਬ੍ਰੇਕ ਦੇਖਦੇ ਰਹੋ ਜਸਟ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਪ੍ਰੋਗਰਾਮ ਅੱਜ ਦਾ ਬੜਾ ਮਜ਼ੇਦਾਰ ਪ੍ਰੋਗਰਾਮ ਹੈ, ਮਜ਼ੇਦਾਰ ਪ੍ਰੋਗਰਾਮ ਇਸ ਕਰਕੇ ਹੈ ਕਿ ਮੈਂ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਮੈਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਂ ਕਰੂੰਗਾ, ਮੇਰੀ ਨੇਚਰ ਜਿਹੜੀ ਬੜੀ ਰਿਜ਼ਰਵ ਸੀਗੀ, ਬੜਾ ਇੰਟਰਸਟਿੰਗ ਮੇਰੇ ਵਾਸਤੇ ਬੜਾ ਜਾਣੀ ਕਿ ਭਾਗਾਂ ਵਾਲਾ ਪ੍ਰੋਗਰਾਮ, ਇਸ ਕਰਕੇ ਜਰਨੈਲ ਕਮਾਨ ਸਾਹਿਬ ਨਾਲ ਅੱਜ ਮੈਂ ਗੱਲਬਾਤ ਕਰ ਰਿਹਾ, ਉਹਨਾਂ ਦੀਆਂ ਜ਼ਿੰਦਗੀ ਦੀਆਂ ਸੱਚਾਈਆਂ, ਜ਼ਿੰਦਗੀ ਦੇ ਤਜਰਬੇ ਜਿਹੜੇ ਆ ਉਹ ਸਾਂਝੇ ਤੁਹਾਡੇ ਨਾਲ ਕਰ ਰਿਹਾ। ਕਮਾਨ ਭਾਅ ਜੀ ਇੱਕ ਵਾਰ ਬੇਟ ਤੋਂ ਬਾਅਦ ਫਿਰ ਸਵਾਗਤ ਹੈ ਜੀ। ਅੱਛਾ, ਇੱਕ ਦੁਬਾਰਾ ਫਿਰ ਸਾਰੇ ਦਰਸ਼ਕਾਂ ਨੂੰ ਪੰਜਾਬੀ ਦਿਨ ਤੇ ਜੀ ਤੁਹਾਨੂੰ ਵੀ।
ਇੱਕ ਮਤਲਬ ਇੱਕ ਸਮਾਂ ਐਸਾ ਸੀ ਕਿ ਇਹ ਕਿਹਾ ਜਾਂਦਾ ਸੀਗਾ, ਜਿਵੇਂ ਅੱਜ ਕੱਲ੍ਹ ਕੁਝ ਇੱਕ ਮਿਊਜ਼ਿਕ ਡਾਇਰੈਕਟਰ ਜਾਂ ਕੁਝ ਇੱਕ ਵੀਡੀਓ ਡਾਇਰੈਕਟਰ ਵਾਲੇ ਬਾਰੇ ਹੈਗੇ ਆ ਵੀ ਉਹਨਾਂ ਨਾਲ ਗਾਣਾ ਕਰ ਲਈਏ ਸ਼ੂਟ ਅਤੇ ਗਾਣਾ ਹਿੱਟ ਹੀ ਜਾਏਗਾ। ਇੱਕ ਸਮਾਂ ਸੀਗਾ ਇਹ ਸੀ ਵੀ ਘਮਾਣ ਸਾਹਿਬ ਕੋਲ ਚਲ ਜਾਓ ਅਤੇ ਉਹ ਗਾਣਾ ਹੈ, ਮਤਲਬ ਕਿ ਲਿਖਣਗੇ ਅਤੇ ਉਹ ਗਾਣਾ ਹਿੱਟ ਹੀ ਜਾਊਗਾ। ਔਰ ਇਹਦੀ ਮਿਸਾਲ ਇੱਕ ਕਲਾਕਾਰ ਨਹੀਂ, ਦੋ ਨਹੀਂ, ਕਈ ਕਲਾਕਾਰ ਨੇ ਜਿਨ੍ਹਾਂ ਦੇ ਵਿੱਚ ਕਰਮਜੀਤ ਅਨਮੋਲ ਦਾ ਨਾਮ ਆਉਂਦਾ, ਪ੍ਰੀਤ ਹਰਪਾਲ ਦਾ ਆਉਂਦਾ, ਹਰਭਜਨ ਛੇਰੇ ਦਾ ਆਉਂਦਾ, ਬਹੁਤ ਸਾਰੇ ਸਿੰਗਰਾਂ ਦਾ ਅਸੀਂ ਗੱਲ ਕਰੀਏ ਤਾਂ ਨਾਮ ਉਹਦੇ 'ਚ ਆਉਂਦਾ ਹੈ। ਅਤੇ ਉਹ ਉਦੋਂ ਮਤਲਬ ਕੀ ਮਹਿਸੂਸ ਹੁੰਦਾ ਸੀ ਜਦੋਂ ਲੋਕ ਇਸ ਤਰ੍ਹਾਂ ਕਹਿੰਦੇ ਸੀ? ਨਹੀਂ ਜੱਗੀ ਜੀ, ਇਹਦੇ 'ਚ ਨਾ ਕੋਈ ਬਾਹਲੀ ਵੱਡੀ ਕੈਲਕੂਲੇਸ਼ਨ ਨਹੀਂ ਆਪਾਂ ਮੰਨਦੇ। ਇੱਕ ਨਾ ਜਿਹੜੀ ਮੈਂ ਸਿੱਧਾ ਫਾਰਮੂਲਾ ਦੱਸਦਾ ਜਾਂ ਅੰਦਰਲਾ ਰਾਜ ਦੱਸ ਦੇਵਾਂ ਕਿ ਉਹ ਚੀਜ਼ਾਂ ਕਿਉਂ ਲੋਕਾਂ ਨੂੰ ਪਸੰਦ ਆਉਂਦੀਆਂ ਸੀ, ਹੈ ਨਾ। ਤੁਸੀਂ ਅਸੀਂ ਖਾਸ ਕਰਕੇ ਮੈਂ ਇੱਕ ਪਿੰਡਾਂ ਦੇ ਵਿੱਚੋਂ ਜੰਮਿਆ ਪਲਿਆ ਇਨਸਾਨ ਹੈਗਾ, ਪੇਂਡੂ ਖੇਤਾਂ ਦੇ ਉੱਤੇ ਮਤਲਬ ਮੋਟਰਾਂ ਦੇ ਉੱਤੇ ਮਤਲਬ ਗਾਣੇ ਵਜਾ ਕੇ ਟਰੈਕਟਰ ਦੇ ਉੱਤੇ ਗਾਣੇ ਚਲਾ ਕੇ ਅਸੀਂ ਮਤਲਬ ਇੱਕ ਸਰੋਤੇ ਸੀਗੇ ਨਾ। ਸਾਡਾ ਸਾਨੂੰ ਜਿਹੜਾ ਗਾਣਾ ਪਸੰਦ ਆਉਂਦਾ ਹੋਊਗਾ ਅਸੀਂ ਉਹ ਵੀ ਸੁਣਦੇ ਹੋਵਾਂਗੇ, ਤੁਹਾਨੂੰ ਨੇਚਰਲੀ, ਹੈ ਨਾ। ਤੇ ਕੰਨ ਰੱਸ ਜਿਵੇਂ ਆਪਾਂ ਸ਼ਬਦ ਵਰਤਦੇ ਹਾਂ, ਜੇ ਸਾਨੂੰ ਸੁਣਨ 'ਚ ਚੰਗਾ ਲੱਗਿਆ ਉਹ ਸਾਡੇ ਦਿਲ ਨੂੰ ਟੁੰਬਿਆ ਤਾਂ ਅਸੀਂ ਉਹ ਗਾਣੇ ਦੀ ਕੈਸਟ ਖਰੀਦੀ, ਉਹ ਜ਼ਮਾਨੇ ਤੋਂ ਪੈਸੇ ਲੱਗਦੇ ਹੁੰਦੇ ਹੈ ਨਾ, ਉਹ ਤਾਂ ਨੈਟ ਦੇ ਸਰਵਿਸ ਮਿਲ ਜਾਂਦਾ। ਤੇ ਉਹੀ ਸੇਮ ਚੀਜ਼, ਉਹੀ ਗੱਲਬਾਤ ਪੂਰੀ ਇੰਡਸਟਰੀ ਵਾਸਤੇ ਮੈਨੂੰ ਰਾਸ ਆਈ ਕਿ ਮੈਂ ਜਦੋਂ ਵੀ ਹਰਭਜਨ ਛੇਰੇ ਨੂੰ ਤੁਹਾਡੇ ਨਾਲ ਕੋਈ ਲੈ ਕੇ ਗਏ ਤਾਂ ਸੁਣਿਆ, ਮੈਂ ਕਿਹਾ ਵੀ ਇਹਦੀ ਆਹ ਟੋਨ ਜੀ ਬਹੁਤ ਵਧੀਆ, ਹੈ ਨਾ। ਤੇ ਜਦੋਂ ਮੈਂ ਕਰਮਜੀਤ ਮੋਲ ਨੂੰ ਸੁਣਿਆ ਤਾਂ ਉਹਦੀ ਟੋਨ ਜੀ ਬਹੁਤ ਵਧੀਆ, ਕੰਨਾਂ ਨੂੰ ਜਿਹੜੀ ਚੀਜ਼ ਲੱਗੀ ਸੇਮ ਤੁਹਾਡੀ ਚੋਣ ਵੀ, ਮਤਲਬ ਤੁਹਾਡੀ ਚੋਣ ਕਿੱਥੋਂ ਹੋਈ? ਜੇ ਮੈਂ ਗੱਲ ਕਰਾਂਗਾ ਤੁਹਾਨੂੰ ਝਟਕਿਆ ਕਿ ਜਗਤਾਰ ਤੁਸੀਂ ਸਾਡੇ ਨਾਲ ਜੁੜ ਜਾ ਰਹੇ, ਮੈਂ ਮਤਲਬ ਇੱਕ ਪਾਰਖੂ ਜੀ ਵੱਲੋਂ ਨੇਚਰ ਸੀਗੀ ਕਿ ਜਿਹੜਾ ਬੰਦਾ ਕੰਮ ਦੇ ਸਕਦਾ ਇੱਥੇ ਜਗ੍ਹਾ ਤੇ, ਆਹ ਚੀਜ਼ ਚਾਹੀਦੀ ਹੈ। ਤੁਸੀਂ ਸਾਨੂੰ ਟੈਗੋਰ ਥੀਏਟਰ ਮੈਂ ਭੰਡਾ ਦੀ ਆਈਟਮ ਕਰਦਾ ਹੁੰਦਾ ਸੀ ਮੁੰਡੇ ਨਾਲ, ਉੱਥੇ ਤੁਸੀਂ ਇੱਕ ਵਾਰੀ ਆਏ? ਯੈਸ ਯੈਸ, ਮੈਂ ਉਹੀ ਗੱਲ ਕਰਨਾ ਕਿ ਬੰਦੇ ਨੂੰ ਕੁਆਲਿਟੀ ਦੇ ਕੇ ਜਾਂ ਬੰਦੇ ਤੋਂ ਆਹ ਕੰਮ ਲਿਆ ਜਾ ਸਕਦਾ, ਇਹਨੂੰ ਹੋਰ ਥੋੜਾ ਜਿਹਾ ਤਰੀਕੇ ਨਾਲ ਮੋਲਡ ਕੀਤਾ ਜਾ ਸਕਦਾ, ਮੋਟੀਵੇਟ ਕੀਤਾ ਜਾ ਸਕਦਾ। ਉੱਥੇ ਭਗਵੰਤ ਮਾਨ ਤੋਂ ਲੈ ਕੇ 70-80-90 ਜਿੰਨੇ ਵੀ ਕੋਈ ਕਲਾਕਾਰ ਜਿਹੜੇ, ਮਤਲਬ ਆਪਾਂ ਉਸ ਚੀਜ਼ ਦੇ ਵਿੱਚ ਹੀ ਉਪਜੇ ਤਾਂ ਉਹ ਜਿਹੜੀ ਉਹ ਮਤਲਬ ਜਰਨੈਲ ਕਮਾਨ ਕੋਈ ਰੇਟ ਨਹੀਂ ਕਰਦਾ ਸੀ, ਜਰਨੈਲ ਕਮਾਨ ਦੇ ਕੰਨ ਹੈਗੇ ਉਹ ਕੋਈ ਚੀਜ਼ ਸੁਣਦੇ ਸੀ, ਉਹ ਦਿਲ ਉਹਦੀ ਗਵਾਹੀ ਭਰਦਾ ਸੀ, ਉਹੀ ਉਹੀ ਜਿਹੀ ਕੰਨ ਤੇ ਉਹੀ ਦਿਲ ਸਾਰੇ ਪੰਜਾਬੀਆਂ ਦੇ ਹੈਗੇ, ਕਿਉਂਕਿ ਪੰਜਾਬੀਆਂ ਦਾ ਸੁਭਾਅ ਸਭ ਦਾ ਤਕਰੀਬਨ ਇੱਕੋ ਜਾਏਗਾ, ਹੋਰ ਕੋਈ ਵਾਲੀ ਵੱਡੀ ਮਤਲਬ ਕਿ PhD ਨਹੀਂ ਕੀਤੀ ਹੋਈ ਸੀ। ਚਲੋ ਉਹ ਸਮਾਂ ਜੀ, ਉਹ ਸਮਾਂ ਅੱਖਾਂ ਦੇ ਅੱਗੇ ਉਹ ਜਾਂਦਾ ਨਹੀਂ, ਮੈਨੂੰ ਯਾਦ ਆ ਲੁਧਿਆਣੇ ਕੈਸਟਾਂ ਦਾ ਸਮਾਂ ਹੁੰਦਾ ਸੀ, ਅਸੀਂ ਕਈ ਵਾਰੀ ਇੱਥੇ ਜ਼ਿਕਰ ਵੀ ਕੀਤਾ ਸਾਡੇ ਦਰਸ਼ਕਾਂ ਦੇ ਨਾਲ, ਜਾਂ ਵੈਸੇ ਮੈਂ ਕਿਤੇ ਜਾਈਏ ਤਾਂ ਉੱਥੇ ਜ਼ਿਕਰ ਕਰੀਦਾ, ਉਹ ਚੀਜ਼ਾਂ ਭੁੱਲਦੀਆਂ ਨਹੀਂ। ਜਦੋਂ ਜੀ ਕੈਸਟ ਕੋਈ ਰਿਲੀਜ਼ ਹੋਣੀ ਹੁੰਦੀ ਸੀ ਅਤੇ ਡੀਲਰ ਡਿਸਟ੍ਰੀਬਿਊਟਰ ਬਾਹਰ ਆਪਦੇ ਡੱਬੇ ਰੱਖ ਕੇ ਲਾਈਨਾਂ ਲਾ ਕੇ ਅਤੇ ਉੱਥੇ ਕਹਿੰਦੇ ਸੀ ਬੈਠੇ ਵੇਟ ਕਰਦੇ, ਪਹਿਲਾਂ ਕੈਸਟ ਮੈਨੂੰ ਮਿਲ ਜਾਵੇ। ਸਮਾਂ ਸਮਾਂ ਇੱਦਾਂ ਦਾ ਸੀਗਾ, ਕੁਲਫੀ ਕਰਮਾਂ ਦਾ ਵੇਲੇ ਤੁਸੀਂ ਦੇਖੇ ਸਾਰਾ ਤਮਾਸ਼ਾ, ਬਟ ਹੁਣ ਹੁਣ ਉਦੋਂ ਹੀ ਵਧੀਆ। ਮੈਂ ਇਸ ਗੱਲ ਦਾ ਬਹੁਤ ਮਤਲਬ ਸੁਭਾਗਾ ਸਮਝਦਾ ਆਪਣੇ ਆਪ ਨੂੰ ਕਿ ਮੈਂ ਸਾਰੇ 7 ਜਾਂ 8 ਤਰ੍ਹਾਂ ਦੇ ਸਮੇਂ ਦੇਖੇ, ਆਡੀਓ ਲੈਣ ਦੇ ਜਾਂ ਮਿਊਜ਼ਿਕ ਲੈਣ ਦੇ ਜਾਂ ਸੰਗੀਤ ਲੈਣ ਦੇ, ਤੇ ਅੱਜ ਉਦੋਂ ਵਧੀਆ ਹੈਗਾ। ਮੈਂ ਇਸ ਗੱਲ ਨੂੰ ਉਦੋਂ ਵਧੀਆ ਤਾਂ ਮੰਨਦਾ ਕਿ ਅੱਜ ਪੂਰੀ ਦੁਨੀਆਂ ਦੇ ਵਿੱਚ ਪੰਜਾਬੀ ਨੂੰ ਪਸੰਦ ਕੀਤਾ ਜਾ ਰਿਹਾ, ਪੰਜਾਬੀ ਗਾਣਾ ਹੋਵੇ, ਪੰਜਾਬੀ ਫਿਲਮਾਂ ਆਉਣ, ਤੇ ਮੈਂ ਹੁਣ ਬੰਬੇ ਗਿਆ ਪਿੱਛੇ, ਬੰਬੇ ਬੱਚਾ ਬੱਚਾ ਪੰਜਾਬੀ ਪੰਜਾਬੀ ਪੁਕਾਰਦਾ, ਮਤਲਬ ਉਸ ਸਮੇਂ ਨਾ ਹੁਣ ਪੰਜਾਬੀ ਗੀਤ ਸੰਗੀਤ ਵਾਸਤੇ ਸਮਾਂ ਜ਼ਿਆਦਾ ਵਧੀ ਹੈ, ਕਈ ਗੁਣਾ ਵਧੀ ਹੈ। ਤੁਸੀਂ ਉਹਨਾਂ ਨੂੰ ਡੱਬਿਆਂ ਵਾਲੇ ਸਮੇਂ ਦੀ ਬਜਾਏ ਜਿਹੜਾ ਹੁਣ ਸਮਾਂ ਇੰਟਰਨੈਟ ਵਾਲਾ ਸਮਾਂ, ਉਹ ਬਹੁਤ ਵੱਡਾ ਹੈਗਾ, ਕਿਉਂਕਿ 1 ਸਕਿੰਟ ਤੋਂ ਕੋਈ ਨਾ ਕੋਈ ਚੀਜ਼ ਪੂਰੀ ਦੁਨੀਆਂ 'ਚ ਪਹੁੰਚ ਜਾਂਦੀ, ਉਹ ਤਾਂ ਸਾਨੂੰ ਫਿਜ਼ੀਕਲੀ ਚੀਜ਼ਾਂ ਪਹੁੰਚਾਉਣੀਆਂ ਪੈਂਦੀਆਂ ਸੀ ਨਾ। ਹਾਂਜੀ, ਤੇ ਦੂਜਾ ਅੱਜ ਪੰਜਾਬੀ ਦਾ ਵਿਸਥਾਰ ਬਹੁਤ ਹੋਇਆ, ਹਰੇਕ ਬੰਦਾ ਪੰਜਾਬੀ ਪੰਜਾਬੀ ਪੁਕਾਰ ਰਿਹਾ, ਤੇ ਉਹਦਾ ਸਾਨੂੰ ਮਾਣ ਹੋਣਾ ਚਾਹੀਦਾ, ਸਾਨੂੰ ਸਾਰੇ ਪੰਜਾਬ ਪੰਜਾਬੀ ਪੰਜਾਬੀ ਅੱਧੀ ਗੱਲ ਕਰਨ ਵਾਲਿਆਂ ਨੂੰ, ਟੀਵੀ ਚੈਨਲ ਦੇ, ਰੇਡੀਓ, ਜੋ ਵੀ ਹੈਗੇ, ਤੇ ਅਸੀਂ ਅਸੀਂ ਸੁਭਾਗੇ ਇਸ ਪੱਖੋਂ ਕਿ ਅਸੀਂ ਇਹ ਯੁੱਗ ਵੀ ਦੇਖ ਰਹੇ ਹਾਂ। ਚਲੋ ਜੀ, ਇਹ ਤਾਂ ਤੁਸੀਂ ਤੁਹਾਡੀ ਬੜੱਪਣ ਹੈ ਕਿ ਤੁਸੀਂ ਇਹਨੂੰ ਬਹੁਤ ਪੋਜ਼ਿਟਿਵ ਦੇਖ ਰਹੇ ਹੋ, ਅਦਰਵਾਈਜ਼ ਜਿਹੜੀ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਸੀਗੀ, ਪਹਿਲਾਂ ਜਿਵੇਂ ਆਪਾਂ ਕੈਸਟਾਂ ਦੀ ਗੱਲ ਕਰਦੇ ਸੀ 1000 ਰੁਪਈਆ ਲੱਗਦਾ ਸੀ ਰਿਕਾਰਡਿੰਗ 'ਤੇ, ਅਤੇ ਕੈਸਟ ਵਿਕਦੀ ਸੀ ਲੱਖਾਂ, ਹੁਣ ਲੱਖਾਂ ਲਾ ਕੇ ਵੀ ਕੈਸਟ ਵਿਕਣ ਮੁਕਣ ਨਾਲ ਤਾਂ ਹੈ ਹੀ ਨਹੀਂ। ਉਹ ਯੂਟਿਊਬ 'ਤੇ ਜਿਹੜੇ ਲਾਈਕ ਨੇ ਉਹ ਵੱਧ ਗਏ ਜੀ, ਮੇਰੇ 1 ਮਿਲੀਅਨ ਹੋ ਗਏ, 1 ਮਿਲੀਅਨ ਹੋ ਗਏ, ਉਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਨਹੀਂ ਦੇਖੋ, ਉਹ ਆਪਾਂ ਕਈ ਵਾਰੀ ਪਹਿਲਾਂ ਵੀ ਗੱਲ ਕਰ ਚੁੱਕੇ ਹੋ ਕਿ ਇੱਕ ਤਾਂ ਫੇਕ ਵਿਊ ਵਗੈਰਾ ਹੈਗੇ, ਹੈ ਨਾ, ਉਹ ਫੇਕ ਵਿਊ ਵਗੈਰਾ ਤਾਂ ਆਪਦੇ ਆਪ ਨੂੰ ਸੰਤੁਸ਼ਟੀ ਦੇਣ ਵਾਲੀ ਗੱਲ ਹੈ, ਸੈਲਫ ਚੀਟਿੰਗ ਹੈਗੀ, ਆਰਟਿਸਟ ਵੀ ਆਪਦੇ ਆਪ ਨੂੰ ਸੈਲਫ ਚੀਟ ਕਰ ਰਿਹਾ, ਗੀਤਕਾਰ ਵੀ ਕਰ ਰਿਹਾ, ਪ੍ਰੈਜੈਂਟਰ ਵੀ ਕਰ ਰਿਹਾ, ਮਿਊਜ਼ਿਕ ਡਾਇਰੈਕਟਰ ਵੀ ਕਰ ਰਿਹਾ, ਬਟ ਇੱਕ ਉਦੋਂ ਇਲਾਵਾ ਵੀ ਇੰਡਸਟਰੀ ਹੈਗੀ ਹੈ ਜਿਹੜੀ ਕਿ ਫੇਕ ਵਿਊਆਂ ਦੇ ਨਾਲ ਨਾਲ ਅਸਲੀ ਵਿਊ ਵਾਲੀ ਜਾਂ ਅਸਲੀ ਮਾਈਲੇਜ ਵਾਲੀ ਇੰਡਸਟਰੀ ਵੀ ਹੈਗੀ ਹੈ। ਜੇ ਆਪਾਂ ਗੱਲ ਕਰੀਏ ਲੌਂਗ ਲਾਚੀ ਗਾਣਾ, ਉਹਦੇ 1000 ਮਿਲੀਅਨ ਵਿਊ ਨੇ, ਉਹ ਸਾਰੇ ਫੇਕ ਨਹੀਂ ਹੈਗੇ, ਉਹਦਾ ਉਹਦੀ ਗਾਣੇ ਦੀ ਜ਼ਿਕਰ ਵੀ ਹਰ ਜਗ੍ਹਾ ਹੁੰਦਾ, ਉਹ ਪੰਜਾਬੀ ਗਾਣੇ ਹੀ ਹੈ ਨਾ, ਉਹ ਵੀ ਉਹ ਸਾਡੇ
ਗੀਤਕਾਰ ਦਾ ਲਿਖਿਆ, ਕਿਸੇ ਕਲਾਕਾਰ ਦਾ ਗਾਇਆ ਹੋਇਆ, ਕਿਸੇ ਮਿਊਜ਼ਿਕ ਡਾਇਰੈਕਟਰ ਦਾ, ਗੁਰਮੀਤ ਸਿੰਘ ਦਾ ਕੰਪੋਜ਼ ਕੀਤਾ ਹੋਇਆ। ਮਤਲਬ ਦੋਨੇ ਤਰ੍ਹਾਂ ਦੀ ਬਰਾਬਰ ਗੱਲ ਹੈਗੀ। ਪਹਿਲਾਂ ਤੇ ਹੁਣ ਦਾ ਅੰਤਰ ਜਗਤਾਰ ਜੀ ਹੈਗਾ ਕਿ ਪਹਿਲਾਂ ਸਾਨੂੰ ਫਿਜ਼ੀਕਲ ਚੀਜ਼ਾਂ ਪਹੁੰਚਾਉਣੀਆਂ ਪੈਂਦੀਆਂ ਸੀ, ਹੁਣ ਮਤਲਬ ਨੈੱਟ ਰਾਹੀਂ ਚੀਜ਼ਾਂ ਸੌਖੀਆਂ ਪਹੁੰਚਦੀਆਂ ਨੇ, ਆਈਟਿਊਨ ਵਗੈਰਾ ਦੇ ਉੱਤੇ ਸਭ ਜਗ੍ਹਾ ਜਾਂ ਗਾਣੇ ਚੜ੍ਹ ਜਾਂਦੇ ਆ, ਜਿਵੇਂ ਫਿਲਮਾਂ ਦੀ ਗੱਲ ਹੈ। ਅੱਜ ਉਹ ਵੱਡੇ ਵੱਡੇ ਜਿਹੜੇ ਆਪਾਂ ਕਹੀਏ ਫਿਲਮਾਂ ਦੇ ਪੁਰਾਣੀਆਂ ਰੀਲਾਂ ਚੱਕ ਕੇ ਪਹੁੰਚਾਉਣੀਆਂ ਪੈਂਦੀਆਂ ਉਹਨਾਂ ਫਿਲਮਾਂ ਤੇ, ਅੱਜ ਮਿੰਟਾਂ ਸਕਿੰਟਾਂ 'ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਫਿਲਮ ਪਹੁੰਚ ਜਾਂਦੀ ਹੈ ਨਾ। ਹੁਣ ਵਿਸਥਾਰ ਵਧਿਆ, ਮੈਂ ਕਹਿੰਦਾ ਉਹਦਾ ਫਾਇਦਾ ਸਾਡੇ ਲੋਕਾਂ ਨੂੰ ਹੈਗਾ, ਜਿਹੜੇ ਗੀਤਕਾਰ ਹੈਗੇ, ਕਲਾਕਾਰ ਹੈਗੇ, ਪ੍ਰੈਜੈਂਟਰ ਹੈਗੇ, ਐਕਟਰ ਹੈਗੇ, ਡਾਇਰੈਕਟਰ ਹੈਗੇ, ਕਿ ਹੁਣ ਪੰਜਾਬੀ ਦਾ ਵਿਸਥਾਰ ਵਧਿਆ। ਹੁਣ ਪੰਜਾਬੀ ਨੇ ਬਹੁਤ ਵੱਡੀਆਂ ਮਤਲਬ ਆਪਦੀਆਂ ਜਗ੍ਹਾ ਬਣਾ ਲਈਆਂ ਦੁਨੀਆਂ ਦੇ ਵਿੱਚ, ਜੜ੍ਹਾਂ ਬਣਨੀਆਂ ਸ਼ੁਰੂ ਹੋ ਗਈਆਂ, ਤੇ ਆਉਣ ਵਾਲੇ ਸਾਲਾਂ ਦੇ ਵਿੱਚ ਜਦੋਂ ਤੱਕ ਆਪਾਂ ਖਾਸੇ ਬੁੜੇ ਜਿਹੇ ਹੋ ਜਾਵਾਂਗੇ, ਉਦੋਂ ਤੱਕ ਪੰਜਾਬੀ ਬਹੁਤ ਵੱਡੀ ਭਾਸ਼ਾ ਤੇ ਬਹੁਤ ਵੱਡੀ ਬੋਲੀ ਹੋਊਗੀ ਦੁਨੀਆ ਭਰ ਦੀ। ਅੱਛਾ ਜੀ, ਮੈਂ ਇਹ ਗੱਲ ਕਰਨਾ, ਮੈਂ ਉਹ ਪਹਿਲਾਂ ਵਾਲੇ ਤੱਕ ਡੱਬੇ ਲੈ ਕੇ ਜਾਂਦੇ, ਵੱਧ ਤੋਂ ਵੱਧ ਪਾਣੀ ਪੱਤੇ ਜਾਣ ਨੂੰ ਡਰ ਲੱਗਦਾ ਹੁੰਦਾ ਹੈਨਾ। ਹਾਂਜੀ। ਅਤੇ ਅੱਛਾ, ਮੈਂ ਜਿਹੜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਭਕਾਮਨਾਵਾਂ ਸਾਡੀ ਜਸ ਪੰਜਾਬੀ ਦੀ ਸਾਰੀ ਟੀਮ ਵੱਲੋਂ, ਜਸ ਪੰਜਾਬੀ ਵੱਲੋਂ ਬਹੁਤ ਬਹੁਤ ਮੁਬਾਰਕਾਂ। ਵੈਸੇ ਤਾਂ ਤੁਸੀਂ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਪੰਜਾਬੀ ਫਿਲਮਾਂ ਦੇ ਨਾਲ ਜੁੜੇ ਹੋਏ ਹੋ ਸ਼ੁਰੂ ਤੋਂ ਹੀ, ਪਰ ਹੁਣ ਤੁਸੀਂ ਪ੍ਰੋਪਰ ਇੱਕ ਫਿਲਮ ਬਣਾਈ ਆ ਜਿਹਦਾ ਸੋਸ਼ਲ ਮੀਡੀਆ 'ਤੇ ਪਤਾ ਲੱਗਦਾ ਰਹਿੰਦਾ ਜੀ ਸਾਰਾ, ਅਤੇ ਉਹਦੇ ਵਾਸਤੇ ਬਹੁਤ ਬਹੁਤ ਸ਼ੁਭਕਾਮਨਾਵਾਂ। ਅਤੇ ਫਿਰ ਇਹ ਫਿਲਮਾਂ ਵਾਲਾ ਤਜਰਬਾ ਜਿਹੜਾ ਪਹਿਲਾ ਤਜਰਬਾ ਇਸ ਤਰ੍ਹਾਂ ਦਾ, ਇਹ ਕਿਵੇਂ ਰਿਹਾ? ਧੰਨਵਾਦ ਪਹਿਲਾਂ ਤਾਂ ਤੁਸੀਂ ਸਾਡੀ ਯਾਰਾਂ ਮੁੱਲੇ ਫਿਲਮ ਵਾਸਤੇ ਜੀ ਯਾਰਾਂ ਰਿਟਰਨ ਦੇ ਨਾਂ ਤੇ। ਹਾਂਜੀ, ਅਸੀਂ ਉਹ ਯਾਰਾਂ ਮੁੱਲੇ ਪਹਿਲਾਂ ਆਈ ਸੀ 2011 'ਚ, ਹੁਣ ਅਸੀਂ ਯਾਰਾਂ ਮੁੱਲੇ ਰਿਟਰਨ ਬਣਾਈ ਹੈ। ਦੇਖੋ, ਫਿਲਮਾਂ ਦੀ ਜਿਹੜੀ ਮੈਂ ਵਿੱਚੋਂ ਗੱਲ ਵੀ ਕੀਤੀ, ਅੱਜ ਨਾ ਪੰਜਾਬੀ ਦਰਸ਼ਕ ਬਹੁਤ ਵੱਧ ਗਿਆ, ਪੰਜਾਬੀ ਸਰੋਤੇ ਦੇ ਨਾਲ ਨਾਲ ਦਰਸ਼ਕ ਬਹੁਤ ਵੱਧ ਗਿਆ, ਇਸ ਕਰਕੇ ਜੇ ਸਹੀ ਕੰਟੈਂਟ ਪੰਜਾਬੀ ਦਰਸ਼ਕ ਨੂੰ ਮਿਲੇ ਤਾਂ ਪੰਜਾਬੀ ਦਰਸ਼ਕ ਚਾਹੂਗਾ ਕਿ ਪੰਜਾਬੀ ਫਿਲਮ ਦੇਖਾਂ, ਕਿਉਂਕਿ ਸਾਡੇ ਲੋਕ ਆਪਣੀ ਮਿੱਟੀ ਨਾਲ ਹਮੇਸ਼ਾ ਜੁੜੇ ਰਹਿਣਗੇ, ਜੇ ਜਿੱਥੇ ਮਰਜ਼ੀ ਚੱਲ ਜਾਏ, ਜਿੰਨੇ ਮਰਜ਼ੀ ਪੈਸਾ ਕਮਾ ਲੈਣ। ਹੁਣ ਯਾਰ ਅਨਮੁੱਲੇ ਰਿਟਰਨ ਅਸੀਂ ਕੀਤੀ ਹੈ ਸ਼ੂਟ, ਤਾਂ ਉਹਦੇ ਨਾਲ ਸਾਨੂੰ ਮੈਨੂੰ ਇੱਕ ਨਵਾਂ ਤਜਰਬਾ ਇਹ ਕਹਿ ਸਕਦਾ ਕਿ ਕਿੰਨਾ ਕੁਛ ਬਦਲ ਗਿਆ ਟੈਕਨੋਲੋਜੀ ਵੈਜ, ਤੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਸੀ। ਅਸੀਂ ਹੁਣ ਇਹ ਫਿਲਮ ਨੂੰ ਮਤਲਬ ਕਮਰਸ਼ੀਅਲ ਐਂਗਲ ਦੇ ਨਾਲ ਨਾਲ ਕੁਛ ਮੈਸੇਜ ਟੈਪ ਆਪਾਂ ਗੱਲ ਕਰੀਏ, ਉਹ ਚੀਜ਼ਾਂ ਸਟੋਰੀ ਦੇ ਵਿੱਚ ਪਾ ਕੇ ਅਸੀਂ ਇੱਕ ਬਹੁਤ ਵਧੀਆ ਯਾਰਾਂ ਦੀ ਸਟੋਰੀ ਜਿਹਨੂੰ ਆਪਾਂ ਕਹੀਏ ਉਹ ਲੈ ਕੇ ਆਵਾਂਗੇ ਮਾਰਚ ਦੇ ਵਿੱਚ, 6 ਮਾਰਚ ਨੂੰ ਦੁਨੀਆ ਭਰ 'ਚ। ਤੇ ਉਹਦੇ 'ਚ ਇੱਕ ਵੀ ਯਾਰੀ ਦੇ ਵਿੱਚ ਯਾਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ, ਕਿਹੜੀ ਯਾਰੀ ਨੂੰ ਮਤਲਬ ਇੱਕ ਕਾਇਮ ਰੱਖ ਸਕਦੀਆਂ ਜਾਂ ਯਾਰ ਕਿੱਦਾਂ ਦੇ ਹੋਣੇ ਚਾਹੀਦੇ ਆ, ਉੱਦਾਂ ਦੀ ਇੱਕ ਮੋਟੀਵੇਸ਼ਨ ਫਿਲਮ ਵੀ ਹੈਗੀ ਹੈ। ਮਤਲਬ ਆਪਾਂ ਕਹਿ ਸਕਦੇ ਕਿ ਹਾਸਾ ਠੱਠਾ ਮਖੌਲ ਜਿੱਦਾਂ ਹੁੰਦਾ ਪੰਜਾਬੀ 'ਚ, ਮਤਲਬ ਅਲੱਗ ਤੋਂ ਹੈ। ਮਤਲਬ ਮੈਂ ਇਹ ਕਹੂੰਗਾ ਆਪਦੇ ਤੁਹਾਡੇ ਚੈਨਲ ਦੇ ਜ਼ਰੀਏ ਕਿ ਇੱਕ ਅਲੱਗ ਤੋਂ ਫਿਲਮ ਦੇਖਣ ਨੂੰ ਮਿਲੂਗੀ ਆਪਾਂ ਨੂੰ, ਜੋ ਚੱਲਦਾ ਆ ਰਿਹਾ ਟ੍ਰੈਂਡ ਉਹ ਤੋਂ ਹਟਵੀਂ ਨਜ਼ਰ ਆਊਗੀ ਤੁਹਾਨੂੰ, ਕਿਉਂਕਿ ਆਪਣੇ ਪਹਿਲੇ ਕੰਮ ਵੀ ਥੋੜ੍ਹੇ ਹਟਵੇਂ ਨਜ਼ਰ ਆਏ ਨੇ, ਇਹ ਫਿਲਮ ਵੀ ਹਟਵੀਂ ਨਜ਼ਰ ਆਊਗੀ, ਕੁਆਲਿਟੀ ਵਾਈਜ਼ ਕਹਿ ਲਓ, ਗੀਤ ਸੰਗੀਤ ਕਹਿ ਲਓ, ਜਾਂ ਸਟੋਰੀ ਵਾਈਜ਼ ਕਹਿ ਲਓ, ਜਾਂ ਪਰਿਵਾਰਕ ਸ਼ਬਦ ਵੀ ਆਪਾਂ ਬੜਾ ਫਖਰ ਨਾਲ ਕਹਿ ਸਕਦੇ ਕਿ ਆਪਾਂ ਨੂੰ ਇਹ ਨਹੀਂ ਹੋਊਗਾ ਕਿ ਯਾਰ ਉਹ ਫਲਾਣਾ ਡਾਇਲੋਗ ਯਾਰ ਧੀ ਨਾਲ ਬਹਿ ਕੇ ਸੁਣਨ ਵਾਲਾ ਨਹੀਂ ਸੀ, ਭੈਣ ਨਾਲ ਬਹਿ ਕੇ ਸੁਣਨ ਵਾਲਾ ਸੀ, ਮਾਂ ਨਾਲ ਬਹਿ ਕੇ ਸੁਣਨ ਵਾਲਾ ਸੀ। ਮਤਲਬ ਪੂਰੀ ਪਰਿਵਾਰਕ ਫਿਲਮ, ਹਲਕਾ ਫੁਲਕਾ ਕਾਲਜ ਦੇ ਮਾਹੌਲ ਦੀ। ਤੇ ਜਿਹੜਾ ਮੇਨ ਸੀਗਾ ਜੀ ਆਪਣਾ ਮੇਨ ਹੈਗਾ ਸੀ ਗਾਣੇ ਵਗੈਰਾ ਦਾ ਰਿਕਾਰਡਿੰਗ ਸਟੂਡੀਓ, ਬਹੁਤ ਸੋਹਣਾ ਹੈਗਾ ਚੱਲਦਾ ਉੱਥੇ, ਰੌਣਕ ਪੂਰੀ ਹੁੰਦੀ, ਹੁਣ ਵੀ ਮੈਂ ਇੰਡੀਆ ਗਿਆ ਦੇਖਿਆ ਪੂਰੀ ਪਹਿਲਾਂ ਵਾਂਗੂ ਰੌਣਕ ਹੁੰਦੀ, ਤੇ ਉਹ ਵੀ ਨਾਲ ਨਾਲ ਚੱਲਦੇ ਨੇ ਰਿਕਾਰਡਿੰਗਾਂ ਵਗੈਰਾ ਉੱਥੇ? ਹਾਂ, ਉੱਥੇ ਚੱਲਦਾ ਰਹਿੰਦਾ ਕੰਮ, ਹੁਣ ਫਿਲਮਾਂ ਦੀ ਡਬਿੰਗ ਦਾ ਕੰਮ ਤੁਹਾਨੂੰ ਪਤਾ ਸਟਾਰਟ ਕੀਤਾ ਨਾਲ ਨਾਲ ਆਪਾਂ, ਹੈ ਨਾ। ਲੱਗਦੇ ਉੱਥੇ ਬਲਕਿ ਲੱਗਦੇ ਭਾਜੀ ਆਉਣ ਵਾਲੇ ਪ੍ਰੋਜੈਕਟ ਵੀ ਕੋਈ ਸਾਂਝੇ ਕਰ ਦਿਓ ਸਾਡੇ ਦਰਸ਼ਕਾਂ ਨਾਲ, ਅਗਰ ਚਾਹੁੰਦੇ ਕਰਨਾ। ਅਸੀਂ ਜਗਤਾਰ ਜੀ ਹੁਣ ਮੇਰਾ ਜਿਹੜਾ ਜ਼ਿਆਦਾ ਧਿਆਨ ਹੈ ਉਹ ਫਿਲਮਾਂ ਵਾਲੇ ਪਾਸੇ ਰਹੂਗਾ, ਕਿਉਂਕਿ ਮੈਂ ਆਹ ਫਿਲਮ ਕੀਤੀ ਹੈ ਪਹਿਲਾਂ, ਇਹ ਆਪਣੀ ਮਾਰਚ 'ਚ ਲੀਜ ਹੈ, ਅਤੇ ਮੇਰਾ ਖਿਆਲ ਹੈ ਵੀ ਬਾਬਾ ਮੇਹਰ ਕਰੂਗਾ ਮਾਰਚ ਦੇ ਵਿੱਚ ਇੱਕ ਹੋਰ ਸ਼ੂਟਿੰਗ ਸਟਾਰਟ ਹੋਏਗੀ ਆਪਣੀ ਇੱਕ ਫਿਲਮ ਦੀ। ਅਸੀਂ 5 ਕੁ ਫਿਲਮਾਂ ਦੀਆਂ ਸਟੋਰੀਆਂ ਦੇ ਉੱਤੇ ਰੈਗੂਲਰ ਕੰਮ ਕਰ ਰਹੇ ਹਾਂ, ਅਤੇ ਉਹਦੇ 'ਚ ਆਰਟਿਸਟਾਂ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਸ਼ੂਟ ਕਰਾਂਗੇ। ਮੇਰੇ ਦਿਮਾਗ 'ਚ ਹੈ ਕਿ ਆਪਾਂ ਜੇ ਸਿਹਤ ਠੀਕ ਰਹੇ ਅਤੇ ਮਾਹੌਲ ਠੀਕ ਰਹੇ, 3 ਕੁ ਫਿਲਮਾਂ ਸਾਲ ਦੀਆਂ, 2 ਜਾਂ 3 ਫਿਲਮਾਂ ਕਰਿਆ ਕਰਾਂਗੇ। ਅਗਲੇ ਸਾਲ 2 ਫਿਲਮਾਂ ਪਾਈਪਲਾਈਨ 'ਚ ਹੈਗੀਆਂ, ਅਤੇ ਇੱਕ ਕਮੇਡੀ ਤੁਹਾਡਾ ਸਾਡਾ ਜੋਨਰ ਰਿਹਾ। ਮਤਲਬ ਮੈਂ ਇੱਥੇ ਆਪਣੇ ਪੰਜਾਬੀ ਦੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ, ਆਪਾਂ ਨਾ ਕਮੇਡੀ ਦਾ ਮਿਆਰ ਥੋੜ੍ਹਾ ਜਿਹਾ ਉੱਪਰ ਚੱਕਾਂਗੇ ਦੁਬਾਰਾ ਤੋਂ, ਜੋ ਜਿਹੜੀ ਮਤਲਬ ਕਮੇਡੀ ਦੇ ਵਿੱਚ ਨਾ ਇੱਕ ਥੋੜ੍ਹਾ ਜਿਹਾ ਲੋਕ ਕਹਿਣ ਲੱਗ ਗਏ ਯਾਰ ਕਮੇਡੀ ਇੱਦਾਂ, ਮਤਲਬ ਆਪਾਂ ਕਮੇਡੀ ਨੂੰ ਸਹੀ ਢੁਕਵੇਂ ਤਰੀਕੇ ਨਾਲ ਹੀ ਪੇਸ਼ ਕਰਾਂਗੇ, ਐਂ ਨਹੀਂ ਧੱਕੇ ਨਾਲ ਚੁਟਕਲੇ ਲਾਉਣ ਵਾਲੀ ਕਮੇਡੀ ਨਹੀਂ ਕਰਾਂਗੇ, ਮੈਂ ਕਿਸੇ ਉੱਤੇ ਵਿਅੰਗ ਨਹੀਂ ਕਰਦਾ। ਬਟ ਇੱਕ ਸਟੈਂਡ ਅਪ ਕਮੇਡੀ ਨੂੰ ਸਿਨੇਮੇ ਵਾਲੀ ਕਮੇਡੀ ਨਹੀਂ, ਆਪਾਂ ਇੱਕ ਕਮੇਡੀ ਨੂੰ ਐਂ ਟਾਰਗੇਟ 'ਚ ਪ੍ਰੋ ਕੇ ਪੇਸ਼ ਕਰਾਂਗੇ, ਅਗਲੀ ਆਪਣੀ ਦੂਜੀ ਜਾਂ ਤੀਜੀ ਫਿਲਮ 'ਚ ਉਹ ਨਜ਼ਰ ਆਊਗੀ, ਕਿਉਂਕਿ ਆਹ ਤਾਂ ਸਟੂਡੈਂਟ ਦੀ ਫਿਲਮ ਹੈਗੀ, ਕਾਲਜ ਲਾਈਫ ਦੀ, ਯੂਨੀਵਰਸਿਟੀ ਸ਼ੂਟ ਹੋਈ ਸਾਰੀ ਹੈ। ਬਿਲਕੁਲ, ਜਿਹੜੀ ਸੈਕੰਡ ਜਾਂ ਥਰਡ ਫਿਲਮ ਆਊਗੀ ਆਪਣੀ ਵਿੱਚ ਕਮੇਡੀ ਦੀ, ਮੈਂ 2 ਫਿਲਮਾਂ 'ਤੇ ਕੰਮ ਕਰ ਰਿਹਾ, ਬਹੁਤ ਅੱਛੇ ਲੈਵਲ ਦੀਆਂ ਪਰਿਵਾਰਕ ਫਿਲਮਾਂ ਆਉਣਗੀਆਂ ਕਮੇਡੀ ਆਪਣੀ ਆਉਣ ਵਾਲੀ ਦਿਨ। ਹਾਂਜੀ ਬਿਲਕੁਲ, ਜਿਵੇਂ ਕੈਸਟ ਹਰੇਕ ਜੋਨਰ ਦੀਆਂ ਫਿਲਮਾਂ ਹੋਣਗੀਆਂ।
ਹੁੰਦੀਆਂ। ਜੀ ਜੀ ਹਾਂਜੀ ਕੁਮਾਰ ਸਾਹਿਬ, ਮੈਂ ਗੱਲ ਕਰ ਰਿਹਾ ਸੀ ਵੀ ਜਿਵੇਂ ਕੈਸਟਾਂ ਦੇ ਵਿੱਚ ਵੀ ਵੱਖਰੀ ਤਰ੍ਹਾਂ ਦੀ ਕਮੇਡੀ, ਜਿਹੜੀ ਕੁਲਫੀ ਗਰਮਾ ਗਰਮ ਤੋਂ ਸ਼ੁਰੂ ਹੋਈ ਵਿਅੰਗ ਵਾਲੀ ਕਮੇਡੀ, ਪਹਿਲਾਂ ਦੂਸਰਾ ਥੋੜ੍ਹਾ ਜਿਹਾ ਮਾਹੌਲ ਹੋਰ ਹੁੰਦਾ ਸੀ। ਅੱਛਾ, ਇੱਕ ਮੈਂ ਹੋਰ ਸਵਾਲ ਪੁੱਛਣਾ ਚਾਹੁੰਦਾ ਸਾਡੇ ਦਰਸ਼ਕਾਂ ਵਾਸਤੇ, ਕਿ ਮੈਨੂੰ ਪਤਾ ਹੀ ਇੱਕ ਤਾਂ ਤੁਹਾਨੂੰ ਪਾਰਟੀਆਂ ਵੱਲੋਂ, ਪੋਲੀਟੀਕਲ ਪਾਰਟੀਆਂ ਵੱਲੋਂ ਵੀ ਆਫਰ ਸੀਗੀ ਟਿਕਟ ਟੁਕਟ ਦੀ, ਅਤੇ ਜਿੱਤ ਵੀ ਤੁਸੀਂ ਜਾਣਾ ਸੀ, ਤਾਂ ਉੱਧਰ ਫਿਰ ਕਿਉਂ ਨਹੀਂ ਪੰਗਾ ਲਿਆ? ਟਿਕਟ ਦਾ ਤਾਂ ਮੈਨੂੰ 92 'ਚ ਵੀ ਤੁਹਾਨੂੰ ਪਤਾ ਹੀ ਹੈ ਆਈ ਸੀ ਇੱਕ ਵਾਰੀ ਆਫਰ, ਉਦੋਂ ਬਾਅਦ ਹੁਣ ਐਤਕੀ ਵੀ ਆਈ ਸੀਗੀ। ਆਪਣਾ ਉੱਧਰ ਗੱਲ ਹੀ ਨਹੀਂ ਬਣਦੀ, ਤੁਹਾਨੂੰ ਪਤਾ ਹੀ ਹੈ, ਆਪਣੀ ਆਪਦੀ ਇੱਕ ਦੁਨੀਆ ਹੈ, ਆਪਦੀ ਇੱਕ ਸਿਆਸਤ ਹੈ, ਆਪਦੀ ਇੱਕ ਰਾਜਧਾਨੀ ਹੈ, ਆਪਦੀ ਸੰਗੀਤ, ਸਭ ਤੋਂ ਵੱਡੀ ਕੋਈ ਦੁਨੀਆ ਨਹੀਂ ਹੈਗੀ, ਹੈ ਨਾ? ਤੇ ਆਪਾਂ ਉਦੋਂ ਤੁਹਾਨੂੰ ਯਾਦ ਹੈ 92 'ਚ ਮੈਨੂੰ ਟਿਕਟ ਦੀ ਆਫਰ ਆਈ ਸੀ ਗਿੜਵੇ ਤੋਂ, ਹੈ ਨਾ, ਤੇ ਉਹ ਸਰਕਾਰ ਵੀ ਬਣ ਗਈ ਸੀ, MLA ਜਿੱਤ ਵੀ ਗਿਆ ਸੀ ਉੱਥੋਂ ਬੰਦਾ, ਹੈ ਨਾ, ਤੇ ਬਟ ਉਹ ਆਪਣੀ ਆਪਣੀ ਨੀਂਦ ਜੀ ਖਰਾਬ ਹੋ ਜਾਂਦੀ ਉਧਰਲੇ ਪਾਸੇ ਜਾ ਕੇ। ਆਪਾਂ ਇੱਧਰ ਗਾਣੇ ਗੁਣੇ ਲਿਖਣ ਵਾਲੇ ਬੰਦੇ, ਕਵਿਤਾਵਾਂ ਲਿਖਣ ਵਾਲੇ ਬੰਦੇ, ਆਪਾਂ ਨੂੰ ਚੰਗਾ ਨੀ ਲੱਗਦਾ। ਬਾਕੀ ਠੀਕ ਹੈ, ਹੁਣ ਆਪਣੇ ਬੰਦੇ ਕਿੱਡੇ ਕਿੱਡੇ, ਮਤਲਬ ਮੇਰੇ ਪਿਤਾ ਸ਼੍ਰੀ MP, ਮੇਰੇ ਮੇਰੇ ਇੱਕ ਆਰਟਿਸਟ ਕਹਿ ਲਓ, ਪੁੱਤਰ ਕਹਿ ਲਓ, ਜਿਹੜਾ ਆਪਦੇ ਤੁਹਾਡੇ ਨਾਲ ਹੀ ਰਿਹਾ ਕਿੰਨਾ ਚਿਰ, ਉਹ MP, ਹੈ ਨਾ, ਤੇ ਇੱਕ ਆਪਣੇ ਬਹੁਤ ਪਿਆਰੇ ਮਿੱਤਰ ਨਿੱਘੇ ਦੋਸਤ ਹੰਸਰਾਜ ਹੰਸ ਜੀ MP, ਹੈ ਨਾ, ਉਹ ਇੱਕ ਦਿਨ ਮੇਰੀ ਇੱਕ ਭੈਣੀ ਹੈਗੀ, ਉਹ ਬੇਟੀ ਆਪਣਾ ਸ਼ਰੀਕ ਸਾਹਿਬ ਦੀ, ਉਹ ਕਹਿੰਦੀ ਸੀ ਕਮਾਨ ਸਾਹਿਬ ਤੁਹਾਡੇ ਬਾਰੇ ਕਹਿੰਦਾ ਕਿ ਬੰਦਾ ਨੀ ਕੋਈ ਦੁਨੀਆਂ 'ਚ, ਮੈਂ ਕਹਾਂ ਅਸੀਂ ਤੁਹਾਡੇ ਕਰਦੇ ਤਿੰਨ MP ਕਹਿੰਦੀ ਇਸ ਟਾਈਮ ਹੈਗੇ। ਆਪਾਂ ਉਧਰਲੇ ਪਾਸੇ ਹੋਣਾ, ਉਹ ਹੈਗੇ ਆਪਣੇ, ਆਪਾਂ ਨੇ ਕੀ ਕਰਨਾ, ਹੈ ਨਾ, ਆਪਾਂ ਆਹੀ ਠੀਕ ਹੈ, ਤੁਸੀਂ ਇੰਟਰ ਇੰਟਰ ਵੀ ਲੈ ਲਿਆ ਕਰੋ, ਆਪਣੀ ਵੀ ਦੇਖੋ ਜੀ, ਮੈਂ ਜਸ਼ ਪੰਜਾਬੀ ਦੇ ਦਰਸ਼ਕਾਂ ਨੂੰ, ਜਸ਼ ਪੰਜਾਬੀ ਦੀ ਟੀਮ ਨੂੰ ਪਹਿਲਾਂ ਦਾ ਧੰਨਵਾਦ ਦਿੰਦਾ ਇਸ ਗੱਲ ਦਾ ਕਿ ਤੁਸੀਂ ਮੇਰੇ ਵਰਗੇ ਇੱਕ ਇਨਸਾਨ ਨੂੰ, ਦੇਸੀ ਜਿਹੇ ਬੰਦੇ ਨੂੰ ਮੌਕਾ ਦਿੱਤਾ ਦੁਨੀਆਂ 'ਚ ਵਿਚਰਨ ਦਾ। ਤੇ ਮੈਂ ਪੰਜਾਬੀ ਦਰਸ਼ਕਾਂ ਨੂੰ ਸ਼ੇਰੋ ਸ਼ੇਰੀ ਵਾਲੀ ਗੱਲ ਤੋਂ ਹਟ ਕੇ ਕਹੂੰਗਾ, ਸਾਡੀ ਪੰਜਾਬੀ ਹੀ ਪਛਾਣ ਹੈ, ਸਾਨੂੰ ਮਾਂ ਬੋਲੀ ਪੰਜਾਬੀ, ਪੰਜਾਬੀ ਭਾਸ਼ਾ, ਪੰਜਾਬੀ ਕਲਚਰ ਨੂੰ ਜਿੱਥੇ ਵੀ ਰਹੀਏ ਉਹਨੂੰ ਪਿਆਰ ਕਰਨਾ ਚਾਹੀਦਾ, ਸਾਡੇ ਬੱਚਿਆਂ ਨੂੰ ਓਦਾਂ ਦੇ ਸੰਸਕਾਰ ਦਿੰਦੇ ਰਹਿਣਾ ਚਾਹੀਦਾ ਪੀੜ੍ਹੀ ਦਰ ਪੀੜ੍ਹੀ। ਅਸੀਂ ਹੋਰ ਕਿੰਨੇ ਤਰ੍ਹਾਂ ਦੇ ਖਜ਼ਾਨੇ ਸੰਭਾਲਦੇ ਹਾਂ, ਦੌਲਤਾਂ ਸੰਭਾਲਦੇ ਹਾਂ, ਲੋਕਰ 'ਚ ਚੀਜ਼ਾਂ ਰੱਖਦੇ ਹਾਂ, ਸਾਨੂੰ ਇੱਕ ਸੰਸਕਾਰਾਂ ਦਾ ਖਜ਼ਾਨਾ ਆਪਦੇ ਪਰਿਵਾਰਾਂ ਨੂੰ ਪੀੜ੍ਹੀ ਦਰ ਪੀੜ੍ਹੀ ਦਿੰਦੇ ਰਹਿਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਬੋਲੀ ਬਹੁਤ ਵੱਡੀ ਬੋਲੀ ਕਹਾਵੇ। ਦੁਨੀਆਂ ਦੀਆਂ ਪਹਿਲੀਆਂ 10 ਕੌਮਾਂ ਦੇ ਵਿੱਚ ਸਾਡੀ ਜ਼ਬਾਨ ਮਲਕ ਹੋਵੇ ਪੂਰੀ ਦੁਨੀਆਂ ਦੇ ਵਿੱਚ, ਤੇ ਅਸੀਂ ਉਸ ਪਾਸੇ ਨੂੰ ਨਾਲ ਨਾਲ ਕਰਦੇ ਰਹੀਏ, ਉਹਦੇ ਲੱਗੇ ਵੀ ਨੇ ਸਾਰੇ ਲੋਕ, ਮਤਲਬ TV ਦੇ ਜਰੀਏ, ਰੇਡੀਓ ਜਰੀਏ ਤੇ ਕਿਤਾਬਾਂ ਜਰੀਏ, ਸਾਨੂੰ ਪੂਰੀ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰਨ ਵਾਸਤੇ, ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਰੱਖਣ ਵਾਸਤੇ ਆਪਦੇ ਬੱਚਿਆਂ ਨੂੰ ਪੰਜਾਬੀ ਸੰਸਕਾਰ ਦੇਣੇ ਜ਼ਰੂਰੀ ਨੇ। ਮੈਂ ਪੂਰੀ ਦੁਨੀਆਂ ਦੇ ਪੰਜਾਬੀਆਂ ਨੂੰ ਦੁਬਾਰਾ ਫਿਰ ਆਪਦੇ ਵੱਲੋਂ ਮਤਲਬ ਧੰਨਵਾਦ ਕਹੂੰਗਾ ਕਿ ਤੁਸੀਂ ਮੇਰੇ ਵਰਗੇ ਨਿਮਾਣੇ ਜੀ ਨੂੰ ਮਾਣ ਬਖਸ਼ਿਆ, ਤੇ ਪੰਜਾਬੀ ਜਿਹੜੇ ਵੀ ਦੁਨੀਆਂ ਭਰ ਦੇ ਵਿੱਚ ਮੀਡੀਆ ਨੂੰ ਚਲਾ ਰਹੇ ਨੇ, ਜੇ ਆਪਾਂ ਨੂੰ ਪਤਾ ਅੱਜ ਕੱਲ੍ਹ ਕਿੰਨਾ ਔਖਾ ਹੁੰਦਾ ਮੀਡੀਆ ਨੂੰ ਰਨ ਕਰਨਾ, ਮੈਂ ਉਹਨਾਂ ਸਾਰੇ ਦੋਸਤਾਂ ਨੂੰ, ਚਾਹੇ ਉਹ TV ਹੈ, ਚਾਹੇ ਅਖਬਾਰ ਹੈ, ਚਾਹੇ ਰੇਡੀਓ ਹੈ, ਉਹ ਸਾਰੇ ਦੁਨੀਆਂ ਭਰ ਦੇ 500-700 ਜਿਹੜੇ ਇਹ ਅਦਾਰੇ ਹੈਗੇ, ਉਹਨਾਂ ਨੂੰ ਬਹੁਤ ਧੰਨਵਾਦ ਕਰੂੰਗਾ ਉਹਨਾਂ ਦਾ ਕਿ ਉਹਨਾਂ ਨੇ ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਕਰਨ ਵਾਸਤੇ ਆਪਦਾ ਯੋਗਦਾਨ ਪਾ ਰਹੇ ਤੇ ਪਾਉਂਦੇ ਰਹਿਣਗੇ ਜੀ। ਧੰਨਵਾਦ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਜਨਰਲ ਕਮਾਨ ਸਾਹਿਬ ਨਾਲ ਗੱਲਬਾਤ ਚੱਲ ਰਹੀ ਸੀ, ਕਹਿ ਸਕਦੇ ਕਿ ਬਹੁਤ ਸਾਰੇ ਕਲਾਕਾਰਾਂ ਦੇ ਇਹ ਅੰਨਦਾਤਾ ਕਹਿ ਲਓ, ਜਾਂ ਬਹੁਤ ਸਾਰੇ ਕਲਾਕਾਰਾਂ ਦੇ ਬਾਬਾ ਬੋਰਡ ਕਹਿ ਲਓ, ਔਰ ਬੜੀ ਵਧੀਆ ਲੱਗੀ ਗੱਲਬਾਤ ਕਰਕੇ। ਅੱਜ ਕਾਫੀ ਦੇਰ ਬਾਅਦ ਗੱਲਬਾਤ ਹੋਈ ਹੈ, ਉਹ ਤਾਂ ਇੰਡੀਆ ਗਿਆ ਸੀ, ਪਰ ਇਸ ਤਰ੍ਹਾਂ TV 'ਤੇ ਇੰਟਰਵਿਊ ਵਗੈਰਾ ਮੈਂ ਤਕਰੀਬਨ ਪਹਿਲੀ ਵਾਰ ਉਹਨਾਂ ਦੀ ਕੀਤੀ ਹੈ। ਉਮੀਦ ਕਰਦੇ ਤੁਹਾਨੂੰ ਵਧੀਆ ਲੱਗੀ ਹੋਊਗੀ। ਬ੍ਰੇਕ ਤੋਂ ਬਾਅਦ ਲਿਆਵਾਂਗੇ ਇਸ ਪ੍ਰੋਗਰਾਮ ਦਾ ਕੋਈ ਹੋਰ ਰੰਗ, ਉਸ ਰੰਗ ਦੇ ਵਿੱਚ ਵੀ ਤੁਸੀਂ ਜ਼ਰੂਰ ਆਨੰਦ ਮਾਣੋਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਅੱਜ ਦਾ ਪ੍ਰੋਗਰਾਮ ਲੈ ਕੇ, ਅਤੇ ਉਮੀਦ ਕਰਦੇ ਹਾਂ ਜਨਰਲ ਕਮਾਂਡ ਸਾਹਿਬ ਨਾਲ ਮੁਲਾਕਾਤ ਜਿਹੜੀ ਕੀਤੀ ਹੈ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਤੁਹਾਨੂੰ ਲੈ ਚੱਲਦਾ ਜੀ ਪਿੰਡਾਂ ਦੇ ਵਿੱਚ। ਪਿੰਡਾਂ ਦਾ ਮਾਹੌਲ ਮੈਂ ਗਾਹੇ ਵਗਾਹੇ ਤੁਹਾਡੇ ਨਾਲ ਡਿਸਕਸ ਕਰਦਾ ਰਹੀਦਾ, ਪੁਰਾਣਾ ਮਾਹੌਲ ਜਿਹੜਾ ਹੁੰਦਾ ਸੀ, ਜਿਵੇਂ ਮੈਂ ਆਹ ਪਿਆਜ਼ਾਂ ਬਾਰੇ ਵੀ ਡਿਸਕਸ ਕੀਤੀ ਸੀਗੀ ਤੁਹਾਡੇ ਨਾਲ, ਕਿ ਪਿਆਜ਼ ਲੋਕ ਪਹਿਲਾਂ ਖਾਣ ਪੀਣ ਜੋਗੀ ਸਬਜ਼ੀ ਘਰੇ ਲਾਉਂਦੇ ਹੁੰਦੇ ਸੀਗੇ, ਅਤੇ ਘਰੋਂ ਸਾਰਾ ਕੀ ਆਪਦਾ ਆਂਡੀਆਂ ਗੁਆਂਢੀ ਦੇ ਕੰਮ ਉੱਥੋਂ ਚੱਲਦਾ ਸੀ, ਪਿਆਜ਼ ਲਸਣ ਕਹਿ ਲਓ, ਚਾਹੇ ਬਾਕੀ ਸਬਜ਼ੀਆਂ ਕਹਿ ਲਓ ਘਰ 'ਚ ਵਰਤੋਂ ਵਾਲੀਆਂ, ਅਤੇ ਉਹ ਗਾਇਬ ਹੋ ਗਈਆਂ। ਚਲੋ ਸਮੇਂ ਦੇ ਨਾਲ ਚੀਜ਼ਾਂ ਗਾਇਬ ਹੋਣੀਆਂ ਚਾਹੀਦੀਆਂ, ਪਰ ਫਿਰ ਵੀ ਜਿਹੜੀ ਚੀਜ਼ ਹੈਗੀ ਆ ਧਿਆਨ ਰੱਖਣ ਵਾਲੀ, ਕਿ ਸਾਡਾ ਜਿਹੜੀ ਵਿਰਸਾ ਨੇ, ਕਿ ਬਹੁਤ ਜਗ੍ਹਾ ਸਾਂਭੇ ਹੋਏ ਨੇ ਹਜੇ ਵਿਰਸਾ ਸਾਡਾ ਕਹਿ ਸਕਦੇ ਹਾਂ, ਵਿਰਸੇ ਤੋਂ ਇਲਾਵਾ ਜੇ ਗੱਲ ਕਰੀਏ, ਵਿਰਸੇ ਦੀ ਨਾਮ ਵੀ ਗੱਲ ਕਰੀਏ, ਅਤੇ ਵਿਰਸੇ ਤੋਂ ਇਲਾਵਾ ਜੇ ਗੱਲ ਕਰੀਏ, ਤਾਂ ਸਾਡਾ ਜਿਹੜਾ ਹੈਗਾ ਪੁਰਾਣੀਆਂ ਚੀਜ਼ਾਂ ਸੀ, ਖੁਰਾਕਾਂ ਸੀ ਜਾਂ ਕੋਈ ਚੀਜ਼ਾਂ ਸੀਗੀਆਂ, ਉਹ ਬਹੁਤ ਵਧੀਆ ਸਿਹਤ ਵਾਸਤੇ ਵਧੀਆ ਸੀ, ਅੱਜ ਵੀ ਉਹ ਸਿਹਤ ਵਾਸਤੇ ਵਧੀਆ ਨੇ। ਗੱਲ ਮੈਂ ਕਰਨ ਲੱਗਿਆ ਪੁਰਾਣੇ ਖੂਹਾਂ ਦੀ। ਖੂਹ ਹੁੰਦੇ ਸੀਗੇ ਜੀ ਪਹਿਲਾਂ,
ਖੂਹ ਦਾ ਕੁੱਤਾ ਟਿਕ 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 ਕਰਦਾ ਆਵਾਜ਼ ਸੁਣਦੀ ਹੁੰਦੀ ਸੀ, ਟਿੰਡਾਂ ਨਾਲ ਪਾਣੀ ਆਉਂਦਾ ਹੁੰਦਾ ਸੀਗਾ, ਔਰ ਉਹਨਾਂ ਖੂਹਾਂ ਦਾ ਪਾਣੀ ਕਿੰਨਾ ਮਿੱਠਾ ਹੁੰਦਾ ਸੀ, ਕਿੰਨਾ ਸ਼ੁੱਧ ਹੁੰਦਾ ਸੀ, ਕਿੰਨਾ ਤਾਜ਼ਾ ਹੁੰਦਾ ਸੀ, ਅਤੇ ਕਿੰਨਾ ਮਨ ਨੂੰ ਸਕੂਨ ਦੇਣ ਵਾਲਾ ਪਾਣੀ ਹੁੰਦਾ ਸੀਗਾ। ਬਹੁਤ ਵਧੀਆ ਮਾਹੌਲ ਹੁੰਦਾ ਸੀ ਖੂਹ 'ਤੇ ਜਾਣਾ। ਖੂਹ 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 ਬਣੇ ਹੀ ਹੁਣ ਤੋਂ, ਉਦੋਂ ਖੂਹ ਬਣੇ ਸੀ, ਇਹਨਾਂ ਖੂਹਾਂ ਕਰਕੇ ਖੂਹ ਕਿਹਾ ਜਾਂਦਾ ਸੀਗਾ। ਅਤੇ ਅੱਜ ਵੀ ਪਿੰਡ ਦੇ ਵਿੱਚ ਜੇ ਕਹੀਏ, ਚਾਹੇ ਮੋਟਰ ਲੱਗੀ ਚਾਹੇ ਉੱਥੇ ਕੋਈ ਹੈਗੀ, ਤਾਂ ਇਹ ਕਹਿੰਦੇ ਮੈਂ ਖੂਹ 'ਤੇ ਜਾਇਆ ਵਾਂ, ਮੈਂ ਖੂਹ 'ਤੇ ਜਾਇਆ ਵਾਂ। ਸੋ ਉਹ ਖੂਹ ਜਿਹੜੇ ਹੁੰਦੇ ਸੀ ਟਿੰਡਾਂ ਵਾਲੇ ਵੀ, ਤਾਂ ਆਪਾਂ ਦੇਖੇ, ਮੈਂ ਇੱਕ ਵਾਰੀ ਦਿਖਾਏ ਸੀ ਤੁਹਾਨੂੰ ਟਿੰਡਾਂ ਵਾਲੇ ਖੂਹ ਪਹਿਲਾਂ, ਸੋਰੀ। ਅਤੇ ਪਰ ਉਸ ਤੋਂ ਪਹਿਲਾਂ ਕਿਹੜੇ ਖੂਹ ਹੁੰਦੇ ਸੀ ਪਾਕਿਸਤਾਨ ਦੇ ਵਿੱਚ, ਹਜੇ ਵੀ ਸਾਂਭਿਆ ਹੋਇਆ ਕਿਸੇ ਨੇ ਉਹ ਖੂਹ ਜੋ ਟਿੰਡਾਂ ਵਾਲੇ ਖੂਹ ਤੋਂ ਵੀ ਪਹਿਲਾਂ ਹੁੰਦਾ ਸੀ। ਹੋ ਸਕਦਾ ਉਸ ਖੂਹ 'ਚ ਪਾਣੀ ਹੁਣ ਮੋਟਰ ਤੋਂ ਪਾਉਂਦਾ ਹੋਵੇ। ਅਤੇ ਇਹ ਖੂਹ ਦੀ ਨਾਲ ਵੀਡੀਓ ਆਪਣੀ ਦਿਖਾ ਦਿਓ ਯਾਸਰ ਸਾਹਿਬ, ਇਹ ਖੂਹ ਹੈਗਾ ਪਾਕਿਸਤਾਨ ਦੇ ਵਿੱਚ ਕਿ ਟਿੰਡਾਂ ਤੋਂ ਵੀ ਪਹਿਲਾਂ ਜਿਹੜਾ ਹੁੰਦਾ ਸੀ, ਇਹ ਹੁੰਦਾ ਸੀਗਾ ਕਿ ਕੁੱਜੇ ਜਾਂ ਘੜੇ ਕਹਿ ਲਓ, ਉਹ ਨਾਲ ਬੰਨੇ ਹੁੰਦੇ ਸੀ ਮਾਉਣ ਦੇ, ਉਹ ਬੰਨੇ ਸੀ, ਉਹ ਭਰ ਕੇ ਪਾਣੀ ਲਿਆਉਂਦੇ ਸੀਗੇ। ਪਾਣੀ ਲਿਆ ਕੇ ਅਤੇ ਉਹ ਫਿਰ ਪਾਤਸ਼ਾਹ, ਜਿਹਨੂੰ ਆਪਾਂ ਕਹਿੰਦੇ ਹਾਂ ਪਾਤਸ਼ਾਹ ਵੀ ਕਹਿੰਦੇ, ਕਈ ਪਾਤਸ਼ਾਹ ਕਹਿੰਦੇ ਆ, ਪਾਤਸ਼ਾਹ 'ਚ ਪਾਣੀ ਡਿੱਗਦਾ ਅਤੇ ਫਿਰ ਉਹ ਪਾਣੀ ਅੱਗੇ ਖੇਤਾਂ ਨੂੰ ਜਾਂਦਾ ਹੈਗਾ, ਜਿਹੜਾ ਉਹ ਖੇਤਾਂ ਦੇ ਵਿੱਚ ਜਾਂਦਾ। ਇਹ ਕਿਸੇ ਪਾਕਿਸਤਾਨੀ ਵੀਰ ਨੇ ਵੀਡੀਓ ਬਣਾਈ ਹੋਈ ਆ ਇਸ ਖੂਹ ਦੀ, ਔਰ ਮੈਂ ਖੂਹ ਦੇਖ ਕੇ ਹੈਰਾਨ ਰਹਿ ਗਿਆ, ਨਜ਼ਾਰਾ ਆ ਗਿਆ। ਵੈਸੇ ਖੂਹ ਦੇ ਅੱਗੇ ਆਮ ਤੌਰ 'ਤੇ ਬਲਦ ਜੁਟੇ ਹੁੰਦੇ ਆ, ਬਲਦ ਲਾਏ ਹੁੰਦੇ ਆ, ਇਹ ਆਪਣੇ ਕਹਿਦਾ ਸਾਹਿਬ ਚੱਕੀ ਜਾਂਦੇ ਨੇ ਫੱਟੇ। ਪਰ ਔਖਾ ਇਹ ਆ ਕਦੇ ਨੂੰ ਵੀ ਜਦੋਂ ਪਾਈਪ ਦੇ ਕੋਲ ਦੀ ਲੰਘਦਾ, ਜਿਹੜੀ ਪਾਈਪ ਜਾਂਦੀ ਹੈ, ਜਿਹੜਾ ਵੀ ਜਿਹਦੇ ਵਿੱਚ ਉਹ ਹੋਏਗਾ ਘੁੰਮਣ ਵਾਲੇ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਉਦੋਂ ਉਹਨੂੰ ਔਖਾ ਹੁੰਦਾ, ਛਾਲ ਮਾਰ ਕੇ ਜਾਣਾ ਪੈਂਦਾ। ਪਰ ਇਹ ਅਸੀਂ ਖੂਹ ਦੀ ਗੱਲ ਕਰੀਏ ਤਾਂ ਖੂਹ ਦਾ ਨਜ਼ਾਰਾ ਇੱਕ ਵੱਖਰਾ ਹੁੰਦਾ ਸੀ। ਗਾਦੀ ਹੁੰਦੀ ਸੀ ਜਿਹਦੇ 'ਤੇ ਬੈਠ ਕੇ ਜਾਂ ਨਿਆਣੇ ਬੈਠ ਕੇ ਬੜੇ ਚਾਅ ਦੇ ਨਾਲ ਉੱਥੋਂ ਨੂੰ ਚਲਾਉਂਦੇ ਹੁੰਦੇ ਸੀਗੇ, ਔਰ ਉਹ ਚੀਜ਼ ਅੱਜ ਕੱਲ੍ਹ ਖਤਮ ਹੋ ਗਈਆਂ। ਪਰ ਇਹ ਪੁਰਾਣਾ ਖੂਹ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ, ਮੈਨੂੰ ਉਸ ਪਾਕਿਸਤਾਨੀ ਵੀਰ 'ਤੇ ਮਾਣ ਮਹਿਸੂਸ ਹੋਇਆ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਹੈ। ਔਰ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਕਿ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਦਿਖਾਉਂਦਾ ਰਹੂੰਗਾ। ਤਾਂ ਸੋ ਅਗਰ ਉਹ ਦਿਖਾਉਂਦੇ ਨੇ ਤਾਂ ਸਾਨੂੰ ਉਹਨਾਂ ਨੇ ਭੇਜੀ ਆ, ਅਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਪਰ ਅਸੀਂ ਵੀ ਇਹ ਦਿਖਾ ਕੇ ਵੀਡੀਓ, ਮੇਰੇ ਖਿਆਲ ਪੰਜਾਬ ਜੇ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਨਹੀਂ ਹੋਣੇ ਚੜ੍ਹਦੇ ਪੰਜਾਬ ਦੇ ਵਿੱਚ ਖੂਹ, ਮੈਂ ਦੇਖੇ ਸੁਣੇ ਨਹੀਂ ਹੈਗੇ ਸੀਗੇ ਵੀ ਇਸ ਤਰ੍ਹਾਂ ਦੇ ਖੂਹ ਟਿੰਡਾਂ ਤੋਂ ਪਹਿਲਾਂ ਇੱਦਾਂ ਦੇ ਹੁੰਦੇ ਸੀ। ਉਹ ਵੱਖਰੀ ਗੱਲ, ਟਿੰਡਾਂ ਵੱਖਰੀਆਂ ਹੁੰਦੀਆਂ ਸੀ, ਟਿੰਡਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀਗੀਆਂ, ਪਰ ਟਿੰਡਾਂ ਇਹ ਕੁੱਜੇ ਜਿਹੜੇ ਜਾਂ ਘੜੇ ਲਾਏ ਨੇ, ਟਿੰਡਾਂ ਜਿਹੜੀਆਂ, ਇੱਕ ਟਿੰਡਾਂ ਹੁੰਦੀਆਂ, ਇੱਕ ਟਿੰਡ ਹੁੰਦੀ ਹੈ। ਟਿੰਡ ਉਹ ਹੁੰਦੀ ਹੈ ਜੋ ਸਿਰ 'ਤੇ ਹੁੰਦੀ ਹੈ, ਯਾਨੀ ਕਿ ਜਿੱਥੇ ਗੜਾ ਵੱਜੇ ਤਾਂ ਰੋੜਾ ਵੱਜ ਜਾਂਦਾ, ਉਹ ਟਿੰਡ ਹੁੰਦੀ ਹੈ। ਪਰ ਟਿੰਡਾਂ 'ਤੇ ਅੱਖੀਆਂ ਦੋਵੇਂ ਭੈਣਾਂ ਨੇ, ਸਕੀਆਂ ਦੋਨੇ, ਦੋਨਾਂ ਨੂੰ ਰੋੜੇ ਜਾਂਦੇ, ਅਕਲਾਂ ਦੇ ਚੋਰ ਨਹੀਂ, ਗੁਰਦਾਸ ਮਾਨ ਦਾ ਗਾਣਾ। ਇਹ ਪਾਕਿਸਤਾਨ ਦਾ ਖੂਹ ਜਿਹੜਾ, ਤੁਸੀਂ ਉਮੀਦ ਕਰਦਾ ਤੁਹਾਨੂੰ ਇਹ ਬੜਾ ਵਧੀਆ ਲੱਗਿਆ ਹੋਊਗਾ। ਇਸ ਖੂਹ ਦੇ ਆਲੇ ਦੁਆਲੇ ਜਿਹੜਾ ਹੈਗਾ ਮਾਹੌਲ ਪੂਰਾ ਪੰਜਾਬੀ ਹੈਗਾ। ਬੇਸ਼ੱਕ ਤੁਸੀਂ ਦੇਖ ਰਹੇ ਹੋਗੇ ਵੀਡੀਓ ਦੇ ਵਿੱਚ ਕਿ ਮੋਟਰ ਨਾਲ ਲੱਗੀ ਹੋਈ ਹੈ, ਇੰਜਣ ਨਾਲ ਪਿਆ, ਉੱਥੇ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਸ ਖੂਹ ਨੂੰ ਬਰਕਰਾਰ ਰੱਖਿਆ। ਕਾਰਨ ਇਹ ਕਿ ਅਸੀਂ ਆਪਣਾ ਵਿਰਸਾ ਜਿਹੜਾ ਉਹ ਸੰਭਾਲ ਕੇ ਰੱਖਿਆ, ਆਪਣੇ ਵਿਰਸੇ ਨੂੰ ਪਾਸੇ ਨਹੀਂ ਹੋਣ ਦੇਣਾ। ਸੋ ਇਹ ਖੂਹ ਜਿਹੜਾ ਹੈਗਾ ਇਹ ਪਾਕਿਸਤਾਨ ਦਾ ਤੁਹਾਨੂੰ ਮੈਂ ਦਿਖਾਇਆ, ਉਮੀਦ ਕਰਦਾ ਵਧੀਆ ਲੱਗਿਆ ਹੋਊਗਾ। ਹੁਣ ਗੱਲ ਕਰਦੇ ਅਸੀਂ ਪੰਜਾਬ ਦੇ ਇੱਕ ਵਾਰ ਫਿਰ ਜਿਹੜੇ ਸਾਡੇ ਖੂਹ ਹੈਗੇ ਨੇ ਜਾਂ ਪੰਜਾਬ ਦੀਆਂ ਹੋਰ ਗੱਲਾਂ ਬਾਤਾਂ ਹੈਗੀਆਂ ਨੇ, ਉਹਨਾਂ ਬਾਰੇ ਵੀ ਗੱਲਬਾਤ ਜਿਹੜੀ ਕਰਦੇ ਰਹਾਂਗੇ, ਅਕਸਰ ਕਰਦੇ ਰਹੀਦਾ ਗੱਲਬਾਤ ਜਿਹੜੀ ਕੋਈ ਵੀ ਹੋਵੇ। ਪੰਜਾਬ ਦੀ ਸ਼ੁੱਕਰਵਾਰ ਦਾ ਦਿਨ ਖਾਸ ਤੌਰ 'ਤੇ ਇਸ ਵਾਸਤੇ ਰਾਖਵਾਂ ਰੱਖਿਆ ਹੁੰਦਾ ਕਿ ਅਸੀਂ ਕੋਈ ਪੁਰਾਣੀ ਗੱਲ, ਕੋਈ ਪੰਜਾਬ ਦੀ ਗੱਲ, ਕੋਈ ਯਾਦ ਤਾਜ਼ਾ ਕਰ ਲਈਏ। ਖੂਹ 'ਤੇ ਪੱਤਾ ਲੈ ਕੇ ਖੂਹ 'ਤੇ ਜਾਂਦੇ ਹੁੰਦੇ ਸੀ, ਰੋਟੀ ਲੈ ਕੇ ਖੂਹ 'ਤੇ ਜਾਂਦੇ ਹੁੰਦੇ ਸੀ, ਔਰ ਖੂਹ ਦੇ ਆਲੇ ਦੁਆਲੇ ਵੀ, ਮੈਂ ਜਿਹੜੀ ਗੱਲ ਪਹਿਲਾਂ ਕੀਤੀ ਸੀ ਇੱਕ ਦਿਨ, ਅਤੇ ਉਦੋਂ ਖੂਹ ਦੇ ਆਲੇ ਦੁਆਲੇ ਵੀ ਅਗਰ ਮਾਹੌਲ ਹੁੰਦਾ ਸੀ ਤਾਂ ਉੱਥੇ ਸਬਜ਼ੀਆਂ ਘਰਾਂ ਦੀਆਂ, ਵਰਤੋਂ ਵਾਲੀਆਂ ਸਬਜ਼ੀਆਂ, ਪਿਆਜ਼, ਲਸਣ, ਗੱਠੇ ਗੁੱਠੇ ਸਾਰੇ ਉੱਥੇ ਖੂਹ ਦੇ ਆਲੇ ਦੁਆਲੇ ਲਾਏ ਹੁੰਦੇ ਸੀਗੇ। ਅਤੇ ਜਦੋਂ ਰੋਟੀ ਰੋਟੀ ਖਾਣੀ ਹੁੰਦੀ ਸੀ ਤਾਂ ਦਰੱਖਤਾਂ ਥੱਲੇ ਬੈਠ ਕੇ ਉੱਥੋਂ ਹੀ ਗੱਠਾ ਪੱਟੋ ਅਤੇ ਨਾਲ ਖਾਓ ਸਵਾਦ ਦੇ ਨਾਲ, ਮੂਲੀਆਂ ਸਲਗਮ ਉੱਥੇ ਹੁੰਦੇ ਸੀ, ਬੜਾ ਵਧੀਆ ਮਾਹੌਲ ਹੁੰਦਾ ਸੀ। ਚਲੋ ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ।